ਤਤਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਹੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਰ ਜੀ ਅੱਜ ਚਰਚਾ ਦੇ ਵਿੱਚ ਸਭ ਤੋਂ ਪਹਿਲਾਂ ਉਹ ਸਵਾਲ ਜਿਹੜਾ ਪ੍ਰੋਫੈਸਰ ਸਾਹਿਬ ਲਗਾਤਾਰ ਤੁਹਾਡੇ ਤੇ ਉੱਠ ਰਿਹਾ ਹੈ ਕਿ ਕੀ ਪ੍ਰੋਫੈਸਰ ਮਨਜੀਤ ਸਿੰਘ ਬਾਦਲਾਂ ਨੂੰ ਬਚਾਉਣ ਵਾਲੇ ਪਾਸੇ ਤੁਰ ਰਹੇ ਨੇ ਜਾਂ ਉਹਨਾਂ ਦੇ ਹਮਾਇਤੀ ਜਾਂ ਉਹਨਾਂ ਦੇ ਮਤਲਬ ਕਿ ਬੁਲਾਰੇ ਬਣ ਕੇ ਗੱਲ ਕਰਦੇ ਨੇ ਇਹ ਲਗਾਤਾਰ ਕਮੈਂਟਸ ਦੇ ਵਿੱਚ ਵੀ ਉਦਾਂ ਵੀ ਕਈ ਲੋਕਾਂ ਨੇ ਫੋਨ ਕਰਕੇ ਪੁੱਛਿਆ ਕਿ ਆਖਿਰਕਾਰ ਚੱਲ ਕੀ ਰਿਹਾ ਮੈਂ ਮਤਲਬ ਕਿ ਦਰਸ਼ਕਾਂ ਦੇ ਸਣੇ ਇਹ ਜਾਣਨਾ ਚਾਹੁੰਨੇ ਹਾਂ ਸੀ ਕਿ ਆਖਿਰਕਾਰ ਕੀ ਬਾਦਲਾਂ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਆਪਣੀਆਂ ਚਰਚਾਵਾਂ ਜਿਵੇਂ ਲੋਕ ਸਮਝ ਰਹੇ ਨੇ ਜਾਂ ਅਸੀਂ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਤੇ ਉਹ ਕਿਹੜੇ ਅਕਾਲੀ ਦਲ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰੀ ਕਹਿੰਦੇ ਸਾਡਾ ਅਕਾਲੀ ਦਲ ਜਿਹੜਾ ਉਹ ਅਸਲ ਹੈ ਜਾਂ ਬਾਕੀ ਮਤਲਬ ਕਿ ਹਰ ਕੋਈ ਆਪਣੇ ਪੱਧਰ ਤੇ ਦਾਵਾ ਕਰਦਾ ਨਾ ਕਿ ਅਸੀਂ ਜਿਹੜਾ ਅਸਲ ਪੰਥਕ ਸਿਆਸਤ ਨੂੰ ਅੱਗੇ ਲੈ ਜਾ ਸਕਦੇ ਹਾਂ ਬਾਦਲਾਂ ਵਾਲੀ ਸਿਆਸਤ ਦਾ ਤਾਂ ਕਹਿੰਦੇ ਭੋਗ ਪਿਆ ਸਮਝੋ ਇਥੋਂ ਸ਼ੁਰੂਆਤ ਕਰ ਦੋ ਉਸ ਤੋਂ ਬਾਅਦ ਪੰਜਾਬ ਦੇ ਬਾਕੀ ਮੁੱਦਿਆਂ ਦੀ ਗੱਲ ਕਰਾਂਗੇ ਜੱਟਦਾਰ ਸਹਿਬਾਨ ਨੇ ਜਿਹੜਾ ਸੱਬਿਆ ਉਹ ਜਾਂ ਉਹਨਾਂ ਨੇ ਜਿਵੇਂ ਤਾੜਨਾ ਕੀਤੀ ਹੈ ਬਿਆਨਬਾਜ਼ੀ ਤੋਂ ਗਰੁਈਸ ਕਰੋ ਇਹ ਵੀ ਸਾਰਾ ਇਸੇ ਪਹਿਲੇ ਸਵਾਲ ਦੇ ਵਿੱਚ ਹੀ ਰੱਖਾਂਗੇ ਅ ਸੁਖਵਿੰਦਰ ਇੱਕ ਤੈਨਾ ਬਾਰ ਬਾਰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਬਾਦਲ ਪਰਵਾਰ ਨੇ ਸਾਰੀ ਚੀਜ਼ ਕਿਤੇ ਆਪਣੀ ਜੇਬ ਚ ਪਾਈ ਹੋਈ ਹੈ ਤੇ ਜੇ ਇਸ ਨੂੰ ਖਤਮ ਕਰਤਾ ਜਾਏ ਤੇ ਸਾਰੀਆਂ ਜੇਬਾਂ ਜਾਨੀ ਖਤਮ ਹੋ ਜਾਣਗੀਆਂ ਤੇ ਫਿਰ ਇੱਕ ਆਜ਼ਾਦੀ ਹੋ ਜੂਗੀ ਅਕਾਲੀ ਦਲ ਦੀ ਇਸ ਕਿਸਮ ਨਾਲ ਇੰਨਾ ਉਹਨਾਂ ਨੂੰ ਅੰਪਾਵਰਡ ਕਿਉਂ ਮਹਿਸੂਸ ਕਰਦੇ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਕਿਉਂ ਆਪਾਂ ਇੱਕ ਪਾਸੇ ਆਪਾਂ ਇਹ ਸਮਝਦੇ ਆ ਸਾਰੇ ਜਨਰਲੀ ਬਹੁਤ ਸਾਰੇ ਬੰਦੇ ਜਿਹੜੇ ਐ ਉਹ ਮੇਰੇ ਕੋਲ ਵੀ ਫੋਨ ਆਉਂਦੇ ਆ ਮੈਨੂੰ ਵੀ ਤਿੰਨ ਚਾਰ ਬੰਦਿਆਂ ਨੇ ਕਿਹਾ ਇਹ ਸਮਝਦੇ ਆ ਕਿ ਉਹਨਾਂ ਦਾ ਅੱਲੇ ਪੱਲੇ ਕੁਝ ਨਹੀਂ ਉਹਨਾਂ ਨੇ ਆ ਮਾੜਾ ਕੀਤਾ ਉਹਨਾਂ ਨੇ ਆ ਮਾੜਾ ਕੀਤਾ ਬਹੁਤ ਰਾਜ ਕਰ ਲਿਆ ਖਤਮ ਕਰਤਾ ਅਕਾਲੀ ਦਲ ਦਾ ਛੱਡਿਆ ਕੁਝ ਨਹੀਂ ਇੱਕ ਤੇ ਇਸ ਕਿਸਮ ਦੀ ਚਰਚਾ ਜਿਹੜੀ ਲਗਾਤਾਰ ਚੱਲਦੀ ਦੂਜਾ ਫਿਰ ਆਪਾਂ ਨਾਲੋਂ ਨਾਲ ਉਹਨਾਂ ਨੂੰ ਜਦੋਂ ਇੰਨੇ ਕਮਜ਼ੋਰ ਸਮਝਦੇ ਆ ਜਾਂ ਇੰਨੇ ਲੋਕਾਂ ਚੋਂ ਆਈਸੋਲੇਟਿਡ ਸਮਝਦੇ ਆ ਜਾਂ ਉਹਨਾਂ ਨੂੰ ਲੱਗ ਥਲੱਗ ਪਈ ਹੋਏ ਸ਼੍ਰੋਮਣੀ ਕਾਲੀਦਾਲ ਚੁੱਦੀ ਸੋਚਦੇ ਆ ਜਾਂ ਸੋਚਦੇ ਆ ਕਿ ਇੰਨੇ ਉਹ ਬਦਨਾਮ ਹੋ ਚੁੱਕੇ ਤੇ ਫਿਰ ਸਾਨੂੰ ਉਹਨਾਂ ਤੇ ਜ਼ੋਰ ਲਾਉਣ ਦੀ ਕੀ ਲੋੜ ਆ ਫਿਰ ਤੁਸੀਂ ਆਪਾਂ ਲਈਏ ਜਿਹੜੀ ਸਾਫ਼-ਸਾਫ਼ ਏਜੰਡਾ ਹੋਣਾ ਚਾਹੀਦਾ ਕਿ ਇਸ ਪੰਜਾਬ ਦੇ ਅੰਦਰ ਇੱਕ ਬਹੁਤ ਧੀਰ ਤੋਂ ਸਾਡੇ ਗੁਰੂ ਸਾਹਿਬਾਨਾਂ ਨੇ ਨਵੀਂ ਸੋਚ ਦੀ ਆਧਾਰ ਸਿਲਾ ਰੱਖੀ ਜਿਹੜਾ ਇੱਕ ਡੋਮੀਨੇਟ ਕਲਚਰ ਸੀਗਾ ਜਾਨੀ ਖਾਦਾ ਕਲਚਰ ਕਿ ਪਖੰਡਵਾਦ ਆ ਫਰੀਸ ਤੋਂ ਆ ਜਿਆਦਾ ਲੋਕਾਂ ਦਾ ਬੀਪਕੂ ਬਣਾਉਣਾ ਜੰਤਰ ਮੰਤਰ ਤੰਤਰ ਸਾਰਾ ਖੋਜੀ ਥੀ ਜੀ ਅੱਜ ਵੀ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਤੁਸੀਂ ਉਹ ਮੱਧ ਪ੍ਰਦੇਸ਼ ਦੇ ਬਾਬੇ ਦੀ ਜਿਹੜਾ ਯੰਗ ਜਿਆ ਸੀ ਕਿੰਨੀ ਵਾਰੀ ਗੱਲ ਕੀਤੀ ਜਾਂ ਇਹੋ ਜੇ ਤੁਹਾਨੂੰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚ ਇੰਡੀਆ ਚ ਮਿਲ ਜਾਣਗੇ ਇਹ ਇੱਕ ਲੰਬੀ ਲੜਾਈ ਦਾ ਹਿੱਸਾ ਆ ਤੇ ਉਸ ਲੜਾਈ ਦੇ ਆਧਾਰ 'ਵਜੋਂ ਸਾਡੇ 10 ਗੁਰੂ ਸਾਹਿਬਾਨ ਨੇ ਰਾਜਨੀਤਿਕ ਪੱਧਰ ਤੇ ਵੀ ਵਿਚਾਰਕ ਪੱਧਰ ਤੇ ਵੀ ਇੱਕ ਆਧਾਰਸ਼ੀਲਾ ਰੱਖੀ ਹੈ। ਔਰ ਸਾਰੇ ਵਿਚਾਰ ਸਾਰਾ ਸਾਡਾ ਪ੍ਰੋਗਰਾਮ ਸਾਨੂੰ ਕੀ ਕਰਨਾ ਸਮਾਜ ਕਿਹੋ ਜਿਹਾ ਹੋਵੇ ਬੰਦੇ ਦਾ ਜੀਵਨ ਕਿਹੋ ਜਿਹਾ ਹੋਵੇ ਕਿਵੇਂ ਉਹਦੇ 'ਚ ਮਿਹਨਤ ਦਾ ਸੈਂਟਰਲ ਰੂਲ ਹੈ ਸਾਰੀਆਂ ਗੱਲਾਂ ਮੇਰੇ ਕਹਿਣ ਦੀਆਂ ਨਹੀਂ ਬਾਰ-ਬਾਰ ਅਸੀਂ ਰੋਜ਼ ਦਰ ਰਹੌਨੇ ਆ ਸਮਝਦੇ ਆ ਔਰ ਉਹਨੂੰ ਲਾਗੂ ਕਰਨ ਦੀ ਵੀ ਕੋਸ਼ਿਸ਼ 'ਚ ਕਰਦੇ ਆ। ਜਦ ਇਹ ਸਾਡੀ ਸੋਰਸ ਆਫ ਇਨਸਪੀਰੇਸ਼ਨ ਆ ਇਸ ਰਾਜਨੀਤੀ ਨੂੰ ਇਸ ਗੱਲ ਨੂੰ ਅੱਗੇ ਤੋਰਨ ਲਈ ਬੜੀ ਦੇਰ ਤੱਕ ਇੱਕੋ ਇੱਕ ਅਕਾਲੀ ਦਲ ਸੀ ਜਿਹੜਾ ਉਸ ਸੋਚ ਦੀ ਆਵਾਜ਼ ਬਣਿਆ ਉਹਦੇ ਚੋਂ ਬਹੁਤ ਅਕਾਲੀ ਦਲ ਹੋਰ ਵੀ ਨਿਕਲੇ ਆ ਕਈ ਨਿਕਲ ਕੇ ਫੇਰ ਵਾਪਸ ਆ ਗਏ ਫੇਰ ਬਾਹਰ ਚਲੇ ਗਏ ਫੇਰ ਅੰਦਰ ਆ ਗਏ ਕਈ ਅਜੇ ਵੀ ਉਸੇ ਤਰੀਕੇ ਨਾਲ ਖੜੇ ਆਪਾਂ ਨੂੰ ਉਹ ਗਿਣਨ ਦੀ ਲੋੜ ਨਹੀਂ ਪਰ ਆਪਾਂ ਲੀਡਰਾਂ ਨੂੰ ਇੱਕ ਪਾਸੇ ਰੱਖੋ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਵੀ ਰੱਖ ਲਓ ਜਿਹੜੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਰੱਖ ਲਓ ਇੱਕ ਰਵੀਿੰਦਰ ਸਿੰਘ ਆ ਸ਼੍ਰੋਮਣੀ ਅਕਾਲੀ ਦਲ 1920 ਹੈਗਾ ਉਹਨਾਂ ਨੂੰ ਰੱਖ ਲਓ ਗੁਰਦੀਪ ਹੁਣੀ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਹੈ ਉਹਨਾਂ ਦੇ ਰੱਖ ਲਓ ਉਹਨਾਂ ਚੋਂ ਦੋ ਹੋਗੇ ਉਹਨਾਂ ਨੂੰ ਵੀ ਲੱਗ ਰੱਖ ਲਓ ਹੋਰ ਵੀ ਇਸ ਤਰ੍ਹਾਂ ਹੋਰ ਕੁਝ ਅਕਾਲੀ ਦਲ ਬਣੇ ਸੀਗੇ ਹੁਣ ਪਤਾ ਨਹੀਂ ਉਹ ਦੁਬਾਰਾ ਆਇਕ ਤੇ ਅਜੇ ਸੁਧਾਰ ਲਹਿਰ ਚੱਲੀ ਹੋਈ ਆ ਉਹ ਵੀ ਕੱਲ ਨੂੰ ਅਕਾਲੀ ਦਲ ਬਣ ਜਾਊਗਾ ਉਹਦੇ 'ਚ ਕਈ ਕਿਸਮ ਦੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਵੀ ਢੀਂਡ ਸਾਹਿਬ ਪਿਉ ਪੁੱਤ ਉਹਨਾਂ ਨੇ ਵੀ ਇੱਕ ਵਾਰੀ ਅਨਾਉਂਸ ਕੀਤਾ ਸੀਗਾ ਬ੍ਰਹਮਪੁਰੇ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਅਨਾਉਂਸ ਕੀਤਾ ਸੀ ਟਕਸਾਲੀ ਉਹ ਫਿਰ ਵਿਚੇ ਰਹਿ ਰੋ ਗਿਆ ਹੁਣ ਲੋਕੀਏ ਲੋਕਾਂ ਦੇ ਕੰਸਰਨ ਲੀਡਰਾਂ ਨਾਲ ਨਹੀਂ ਹੈ ਨਾ ਮੇਰਾ ਕੰਸਰਨ ਹੈਗਾ ਕਿ ਕਿਹੜਾ ਲੀਡਰ ਕਿੱਥੇ ਆ ਪਰ ਪੰਜਾਬ ਦੇ ਅੰਦਰ ਇੱਕ ਉਹ ਸੱਤਾ ਉਹ ਸੋਚ ਉਹ ਵਿਚਾਰ ਉਹ ਸਮਾਜ ਉਹਦਾ ਇੱਕ ਨਕਸ਼ਾ ਕਾਇਮ ਰਹਿਣਾ ਚਾਹੀਦਾ ਜਾਂ ਖਤਮ ਕਰਨਾ ਚਾਹੀਦਾ ਆ ਸਵਾਲ ਹੈ ਸਾਡੇ ਸਾਹਮਣੇ ਜੇ ਤੇ ਉਹ ਰਹਿਣਾ ਚਾਹੀਦਾ ਤੇ ਫਿਰ ਇਸੇ ਧਰਤੀ ਚੋਂ ਹੀ ਫੁੱਲ ਕੇ ਸਾਨੂੰ ਕੱਢਣਾ ਪੈਣਾ ਕਿੱਥੋਂ ਲੈ ਆਓਗੇ ਤੁਸੀਂ ਮੈਂ ਕਿਉਂ ਥੋੜਾ ਲੱਗ ਟੰਗਣਾ ਸੋਚ ਰਿਹਾ ਕਿ ਸੁਖਵੀਰ ਬਾਦਲ ਹੁਣ ਇਹਦੇ ਪਿੱਛੇ ਪਾਸਣ ਸੁਣਨੇ ਤੁਸੀਂ ਉਹ ਵਿੱਚ ਰਹੇ ਇੰਨੀ ਦੇਰ ਮੈਂ ਤੇ ਖੁਦ ਜਿੱਦਣ ਆਇਆ ਮੈਂ ਕਰਨੀ ਆ ਗੱਲ ਵੀ ਤੁਸੀਂ ਇੰਨੀ ਦੇਰ ਜੂ 9 ਮਾਸ ਦਾ ਰਿਸ਼ਤਾ ਬਣਾ ਕੇ ਚੱਲੀ ਹੋਈ ਸੀ ਕਾਦੇ ਲਈ ਚੱਲੇ ਸੀ ਕਿਉਂ ਚੱਲੇ ਸੀ ਭਾਜਪਾ ਦੇ ਨਾਲ ਉਹ ਉਹਨਾਂ ਦੀਆਂ ਅਲੱਗ ਐਕਸਪਲੇਨੇਸ਼ਨ ਹੈਗੀਆਂ ਆ ਪਰ ਮੈਂ ਉਹਦੇ ਤੋਂ ਕਨਵਿੰਸ ਨਹੀਂ ਉਹ ਕਹਿੰਦੇ ਜੀ ਜਿਹੜੀਆਂ ਵੀ ਘੱਟ ਗਿਣਤੀਆਂ ਹੈ ਅਸੀਂ ਆ 2% ਜਾਂ ਕਿੰਨੇ ਵੀ ਦੇਸ਼ ਦੀ ਪਾਪੂਲੇਸ਼ਨ ਦੇ ਉਹਨਾਂ ਤੇ ਬਹੁਤ ਗਿਣਤੀ ਦਾ ਇੱਕ ਲਗਾਤਾਰ ਦਬਾਅ ਹੁੰਦਾ ਜਿੱਤਰਾ ਹਣ ਕਸ਼ਮੀਰ ਆ ਉਹ ਇੱਕ ਘੱਟ ਗਿਣਤੀ ਜਿਹੜੀ ਦੇਸ਼ ਦੀ ਘੱਟ ਗਿਣਤੀ ਉੱਥੇ ਪਾਉ ਗਿਣਤੀ ਆ ਉਹਦਾ ਕੀ ਹਾਲ ਕੀਤਾ ਪਿਆ ਕਿ ਅਸੀਂ ਕਈ ਵਾਰੀ ਪ੍ਰੋਟੈਕਸ਼ਨ ਬਾਈ ਕਰਨ ਲਈ ਉਹ ਇਹੋ ਜੇ ਕੰਪਰੋਮਾਈਜ਼ ਮਜਬੂਰੀ ਬਸ ਕਰਦੇ ਆ ਮੈਨੂੰ ਤੇ ਲੱਗਦਾ ਕਿ ਇਹਦੇ ਬਾਰੇ ਭਾਵੇਂ ਕਿੰਨਾ ਵੀ ਪ੍ਰੈਕਟੀਕਲ ਹੱਲ ਹੋਵੇ ਭਾਵੇਂ ਕਿੰਨਾ ਕੁ ਵੀ ਤੁਸੀਂ ਇਹਦਾ ਕਰੋ ਪਰ ਫਿਰ ਤੇ ਸਾਰੀ ਚੀਜ਼ ਹੀ ਖਤਮ ਹੁੰਦੀ ਲੱਗੂਗੀ ਅਖੀਰ 'ਚ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹ ਸਾਡੇ ਬਰੂਹਾਂ ਤੇ ਆ ਗਏ ਤੇ ਹੁਣ ਉਹੀ ਸਖਬੀਰ ਸਿੰਘ ਬਾਦਲ ਆਪਣੇ ਭਾਸ਼ਣਾ ਚ ਕੀ ਕਹਿ ਰਹੇ ਆ ਜਿੱਥੇ ਤਾਂ ਜਿੱਥੇ ਉਹਨਾਂ ਦੇ ਵਿਰਸਾ ਸਿੰਘ ਬਲਟੋਹਾ ਜਾਂ ਹੋਰ ਲੀਡਰ 12 14 ਸਾਲ ਘਟੋ-ਘਟ ਦੇ ਤੇ ਮੈਨੂੰ ਸੁਣਦੇ ਨੂੰ ਹੋ ਗਿਆ ਉਦੋਂ ਪਹਿਲਾਂ ਮੈਂ ਬਹੁਤਾ ਧਿਆਨ ਪੋਲੀਟੀਕਲ ਨਹੀਂ ਸੀ ਪ੍ਰੋਫੈਸਰ ਸੀ ਤੇ ਉਧਰ ਧਿਆਨ ਜਾਦਾ ਮੈਨੂੰ ਸੁਣਦੇ ਨੂੰ ਹੋ ਗਿਆ ਪੈਸਾਂ ਦੇ ਵਿੱਚ ਜੀ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਸੀ ਕਿ ਨਾਇਦੇ ਵਿਰੁੱਧ ਵੀ ਕਿਹੜਾ ਤੁਹਾਡਾ 9 ਤੇ ਕਿਹੜਾ ਮਾਸ ਰਿਸ਼ਤਾ ਇਹਨਾਂ ਨਾਲ ਬਣ ਗਿਆ ਬਣੇ ਹੀ ਨਹੀਂ ਸਕਦਾ ਇਹ ਮੈਂ ਕਈ ਵਾਰੀ ਕਿਹਾ ਸੀ ਕਿ ਇਹ ਇੰਜ ਲੱਗਦਾ ਜਿਵੇਂ ਇੱਕ ਐਡਵਰਟਾਈਜ਼ਮੈਂਟ ਹੁੰਦੀ ਹੈ ਚਾਹ ਦੀ ਤੇ ਉਹਦਾ ਨਾਂ ਆ ਬਾਗ ਬੱਕਰੀ ਚਾਹੇ ਬੱਕਰੀ ਤੇ ਵੈਸੇ ਹੀ ਮਰ ਜੂ ਬਾਗ ਦਾ ਨਾਂ ਸੁਣ ਕੇ ਵੀ ਇਹ ਕਿਹੋ ਜੀ ਐਡਵਰਟਾਈਜ਼ਮੈਂਟ ਰੱਖੀ ਆ ਤੇ ਇਸ ਲਈ ਬਾਗ ਬੱਕਰੀ ਦੀ ਦੋਸਤੀ ਨਹੀਂ ਹੋ ਸਕਦੀ ਸ਼ੇਰ ਦੀ ਤੇ ਬੱਕਰੀ ਦੀ ਇਸੇ ਕਰਕੇ ਜਿਉਂ ਚੜਦੇ ਆ ਰਹੇ ਆ ਕਿ ਤੁਸੀਂ ਕਿਉਂ ਜਾਣੀ ਇਸ ਕਿਸਮ ਦਾ ਤੁਹਾਡਾ ਸਮਝਾਉਂਦਾ ਤੇ ਸਮਝ ਪੈ ਗਈ ਵੀ ਤੁਸੀਂ ਜਿਸ ਤਰ੍ਹਾਂ ਐਕਸਪਲੇਨ ਕਰਦੇ ਆ ਪਰ ਤੁਸੀਂ ਇੱਕ 9 ਮਾਸ ਦਾ ਰਿਸ਼ਤਾ ਕਿਤਨਾ ਪੈਦਾ ਹੋ ਗਿਆ ਉਹ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਤੇਲ ਦਾ ਤੇ ਪਾਣੀ ਦਾ ਰਿਸ਼ਤਾ ਨਹੀਂ ਹੋ ਸਕਦਾ ਇਹ ਗੱਲਾਂ ਡਿਬੇਟ ਦੀਆਂ ਹੈਗੀਆਂ ਆਉਣ ਵਾਲੇ ਸਮੇਂ 'ਚ ਵੀ ਰਹਿਣਗੀਆਂ ਮੈਂ ਇੱਕ ਮੈਨੂੰ ਮੈਨੂੰ 3-4 ਫੋਨ ਆਏ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੋ ਹੀ ਸਵਾਲ ਕੀਤਾ ਮੈਂ ਕਿਹਾ ਇਹ ਗੱਲਾਂ ਤੁਹਾਡੀਆਂ ਸਾਰੀਆਂ ਠੀਕ ਹੈ ਮਾੜਾ ਕੀਤਾ ਬਹੁਤ ਮਾੜਾ ਕੀਤਾ ਅਤੀ ਕਾਨੂੰਨਾ ਕੀਤਾ ਅਸੀਂ ਵੀ ਤੁਹਾਡੇ ਨਾਲ ਆ ਮੈਨੂੰ ਇੱਕ ਗੱਲ ਦੱਸੋ ਪੀ ਇੰਨਾ ਹਾਲਾਤਾਂ 'ਚ ਐਕਸ਼ਨ ਪਾਰਟ ਕੀ ਹੈ ਕਿ ਜਾਂ ਆਪਾਂ ਗਾਲਾਂ ਹੀ ਕੱਢੀ ਜਾਣੀਆਂ ਜਿੱਥੇ ੁੱਪ ਕਰ ਜਾਂਦੇ ਮੈਂ ਕਹਾਂ ਇੱਕ ਹੈ ਐਗਜ਼ੈਂਪਲ ਤੇ ਬੜੀ ਰੱਟੀ ਰਟਾਈ ਦੀ ਕੱਸੀ ਪਿਟੀ ਹੈ ਉਹ ਕਿਸੇ ਨੇ ਚੰਗੇ ਬਹੁਤ ਤਖੜੇ ਆਰਟਿਸਟ ਨੇ ਡੈਮੋਕਰੈਟਿਕ ਆਰਟਿਸਟ ਸੀਗਾ ਉਹਨੇ ਲਾਤੀ ਪੇਂਟਿੰਗ ਚੌਂਕ ਦੇ ਵਿੱਚ ਤੇ ਲੋਕਾਂ ਨੂੰ ਕਹਿੰਦਾ ਭਾਈ ਜਿੱਥੇ ਗਲਤੀ ਦੇਖਦੀ ਆ ਮੜ ਜਾ ਠੀਕ ਕਰ ਦਿਓ ਤੇ ਮੈਂ ਤਾਂ ਕਿ ਸਿੱਖ ਜਾਵਾਂ ਕਿ ਮੇਰੇ ਆਰਟ ਚ ਕਮੀ ਕੀ ਆ ਸ਼ਾਮ ਤੱਕ ਉਹ ਇੰਨੀ ਕਾਲੀ ਕਰਤੀ ਕਿ ਉੱਥੇ ਉਹ ਪੇਂਟਿੰਗ ਤੇ ਮਿਲੇ ਨਾ ਕਾਲਖੀ ਮਿਲੇ ਮੈਂ ਕਹ ਲਿਆ ਆ ਤੇ ਮੇਰੇ ਤੇ ਡਾਂਡੀ ਲਾਤੀ ਯਾਰ ਮਾੜੀ ਤੇ ਹੋ ਸਕਦੀ ਆ ਪਰ ਇਹ ਨਹੀਂ ਕਿ ਬਿਲਕੁਲ ਹੀ ਖਤਮ ਹੀ ਆਏ ਵੀ ਇਹਦੇ ਚ ਕੱਖ ਵੀ ਨਹੀਂ ਸੀ ਰੰਗ ਵੀ ਨਹੀਂ ਸੀ ਕੋਈ ਫੇਰ ਉਹਨਾਂ ਨੇ ਕਿਹਾ ਕਿ ਅਗਲੇ ਦਿਨ ਦੁਬਾਰਾ ਬਣਾ ਕੇ ਕਿਹਾ ਕਿ ਭਾਈ ਜਿਹੜਾ ਵੀ ਬੰਦਾ ਇਹਦੇ ਚ ਕੋਈ ਗਲਤੀ ਸਮਝਦਾ ਉਹਨੂੰ ਠੀਕ ਕਰ ਦਿਓ ਕਿਸੇ ਨੇ ਨਹੀਂ ਉਹਦੇ ਚ ਕੁਝ ਕੀਤਾ ਭੱਜ ਲਏ ਉਹ ਸਾਡੇ ਇੱਕ ਸੋਚ ਬਣ ਗਈ ਹੈ ਕਿ ਮੈਂ ਆਪਣੀ ਕਮੀ ਜਦੋਂ ਮੇਰੇ ਅੰਦਰ ਮੇਰੇ ਅੰਦਰ ਕੋਈ ਕਮੀ ਕਹਿ ਲੋ ਜਾਂ ਮੇਰੇ ਅੰਦਰ ਕੋਈ ਅਕੰਖਸ਼ਾ ਆ ਮੇਰੇ ਅੰਦਰ ਕੋਈ ਇੱਛਾ ਆ ਮੇਰੇ ਅੰਦਰ ਕੋਈ ਡਰੀਮ ਆ ਇੱਕ ਮੇਰੇ ਅੰਦਰ ਪੰਜਾਬ ਨੂੰ ਸੁਧਾਰਨ ਦਾ ਸੁਪਨਾ ਆ ਜਦੋਂ ਮੈਂ ਕੁਝ ਕਰਨੀ ਪਉਂਦਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਸਾਧਨ ਨਹੀਂ ਹੈ ਮੇਰੇ ਕੋਲ ਕੋਈ ਇੰਸਟੀਚਿਊਸ਼ਨ ਨਹੀਂ ਹੈ ਮੇਰੇ ਕੋਲ ਕੋਈ মিডিਆ ਮਾਧਿਅਮ ਹੈ ਨਹੀਂ ਮੈਂ ਲਿਖ ਵੀ ਨਹੀਂ ਸਕਦਾ ਮੰਨ ਲਓ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਲਿਖ ਲੈਂਦੇ ਵੱਡੇ ਪੱਤਰ ਤੇ ਮੀਡੀਆ 'ਚ ਲਿਖਦੇ ਆ ਜਾਂ ਹੋਰ ਲਿਖਦੇ ਆ ਤਾਂ ਫਿਰ ਮੈਂ ਕੀ ਕਰਦਾ ਉਹਨੂੰ ਗਾਲ ਕੱਢੋ ਉਹਨੂੰ ਗਾਲ ਕੱਢੋ ਉਹ ਵੀ ਮਾੜਾ ਉਹ ਵੀ ਮਾੜਾ ਉਹ ਵੀ ਮਾੜਾ ਫਿਰ ਉਹਦੇ ਨਾਲ ਕੰਮ ਸੌਰ ਜਾਊਗਾ ਕਿ ਜੇ ਤੁਸੀਂ ਜੰਗਲ ਦਾ ਸਾਰਾ ਸ਼ਾਂਗੀ-ਛਾਂਗੀ ਜਾਓਗੇ ਤੇ ਬੂਟਾ ਲਾਓਗੇ ਨਹੀਂ ਕੋਈ ਬਾਗ ਬਣਾਓਗੇ ਕੋਈ ਨਹੀਂ ਫਿਰ ਤੇ ਜਿਹੜਾ ਪਹਿਲਾਂ ਹੋਂ ਜਿਹੜਾ ਹੰਡ ਦਿਓ ਫਿਰ ਤੇ ਜੰਗਲ ਹੀ ਰਹਿਣ ਦਿਓ ਇਹ ਸਾਨੂੰ ਪਰਸਥਿਤੀ ਵੀ ਜਿਹੜੀ ਇੱਕ ਐਕਸਟ੍ਰੀਮ ਤੇ ਸਾਡੀ ਇੱਕ ਮੈਂਟੈਲਿਟੀ ਬਣੇ ਪਿਛਲੇ ਵਾਰੀ ਗੁੱਸੇ ਚ ਵੋਟਾਂ ਪਾਈਆਂ ਆਪਾਂ ਸਾਰਿਆਂ ਨੇ ਦੇਖੋ ਉਧਰ ਰਿਜ਼ਲਟ ਕੀ ਨਿਕਲਿਆ ਸਾਰੇ ਭੁਗਤ ਰਹੇ ਆ ਨਾ ਹੁਣ ਸਪੀਕਰ ਖੁਦ ਬੈਠ ਬੈਠ ਕੇ ਕਹਿੰਦਾ ਕਿ ਬਾੜ ਖੇਤ ਨੂੰ ਖਾਮਦੀ ਆ ਉਹ ਖੁਦ ਕਹਿ ਰਿਹਾ ਕਿ ਇੱਥੇ ਤੇ ਬਾੜ ਹੀ ਖੇਤ ਨੂੰ ਖਾਈ ਜਾਂਦੀ ਸਰਕਾਰੀ ਜਿਹੜੀ ਦੂਜੇ ਪਾਸੇ ਰਲਈ ਹੋਈ ਆ ਉਹ ਜਾ ਕੇ ਕੁਮਰ ਵਿਜੇ ਪ੍ਰਤਾਪ ਖੜਾ ਹੋ ਕੇ ਅਸੈਂਬਲੀ ਚ ਕਹਿੰਦਾ ਕਿ ਇੱਥੇ ਤੇ ਜਿਹੜੇ ਬਾਹੂਬਲੀ ਜਿਹੜੇ ਆ ਉਹ ਰਨ ਕਰ ਰਹੇ ਆ ਗੈਂਗਸਟਰ ਰਨ ਕਰ ਰਹੇ ਆ ਇੱਥੇ ਤੇ ਜਦੋਂ ਇਹ ਹਾਲਾਤ ਖੁੱਦ ਆਪਾਂ ਕਿਨੇ ਵੋਟਾਂ ਭਾ ਕੇ ਚਾਹ ਨਾ ਬਣਾਏ ਨਾ 42% ਵੋਟਾਂ ਭਾ ਕੇ ਕਾਰਨ ਕੀ ਸੀ ਮੈਂ ਗਲਤ ਨਹੀਂ ਕਹਿ ਗੁੱਸਾ ਆ ਨਹੀਂ ਛੱਡਣੇ ਆ ਨਹੀਂ ਛੱਡਣੇ ਆ ਨਹੀਂ ਛੱਡਣੇ ਨਾ ਛੱਡੋ ਤੇ ਫੜ ਕੀ ਲੈ ਹੁਣ ਆਪਾਂ ਅਗਲੀ ਵਾਰ ਕੀ ਕਰਾਂਗੇ ਹੁਣ ਹੋਰ ਲੱਭਾਂਗੇ ਕੋਈ ਇਸਤਰੀ ਮਿੰਨੂ ਡਾਰੇ ਆਸਕਵਿੰਦਰ ਕਿ ਸਾਡੇ ਬੰਦੇ ਗੁੱਸੇ 'ਚ ਆ ਕੇ ਕਹਿੰਦੇ ਭਾਜਪੀ ਦਾ ਇਹਨਾਂ ਪੱਲਾ ਫੜ ਲੈਣ ਜਾਂ ਆਰਐਸਐਸ ਦਾ ਇਹਨਾਂ ਪੱਲਾ ਫੜ ਲੈਣ RSS ਦਾ ਇਹ ਲਾਸਟ ਬੈਸਟੀਅਨ ਹੈ ਜਿਹਨੂੰ ਉਹਨਾਂ ਨੇ ਢਾਉਣਾ। ਬਾਕੀ ਦੇ ਹਰਿਆਣੇ 'ਚ ਕਬਜ਼ਾ ਕਰ ਚੁੱਕੇ ਆ। ਦਿੱਲੀ 'ਚ ਕਰ ਚੁੱਕੇ ਆ। ਜਿਹੜੇ ਬਾਹਰ ਆ ਪਟਨਾ ਸਾਹਿਬ ਸਾਡੇ ਧਾਰਮਿਕ ਸਥਾਨ ਆ ਜਾਂ ਨਦੀਡ ਸਾਹਿਬ ਹੈਗੇ ਆ ਉੱਥੇ ਤੇ ਤੁਹਾਡਾ ਪਹਿਲਾਂ ਹੀ ਉਹ ਤੇ ਬੜੀ ਮੁਸ਼ਕਲ ਨਾਲ ਬਚਾਇਆ ਇੰਟਰਵਿਊ ਕਰਕੇ ਧਮਕੀ ਦੇ ਕੇ ਐਸੇ ਹੀ ਇਕਾਲੀ ਦਲ ਨੇ ਅੰਮਿਤ ਸ਼ਾਹ ਨੂੰ ਮਿਲ ਕੇ ਜਿਹਨੂੰ ਆਪਾਂ ਗਾਲਾਂ ਕੱਢਦੇ ਆ। ਉੱਥੇ ਜਾ ਕੇ ਧਮਕੀ ਦਿੱਤੀ ਕਿ ਜੇ ਇੰਜ ਹੋਇਆ ਤੇ ਪੰਜਾਬ ਦੇ ਵਿੱਚ ਅੱਗਾਂ ਲੱਗ ਜਾਣਗੀਆਂ ਜੇ ਤੁਸੀਂ ਉੱਥੇ ਆਪਣਾ ਆਰਐਸਐਸ ਦੇ ਹੈੱਡ ਨੂੰ ਨਦੀਪ ਸਾਹਿਬ ਲਾਉਣਾ ਚਾਹੁੰਦੇ ਸੀ ਉਹ ਫਿਰ ਉਹ ਜਿਹੜਾ ਨਵਾਂ ਕਾਨੂੰਨ ਬਣਾਇਆ ਸੀ ਯਾਦ ਨਹੀਂ ਹੈ ਉਹ ਵਾਪਸ ਕਰਾਇਆ ਵਾਪਸ ਕਰਾਇਆ ਸਿੱਧੀ ਸਿੱਧੀ ਧਮਕੀ ਦੇ ਕੇ ਮੈਂ ਸਿੱਧੀਆਂ ਗੱਲਾਂ ਵੀ ਕੀਤੀਆਂ ਮੈਂ ਇਹ ਤੁਹਾਨੂੰ ਮੈਂ ਇਹ ਗੱਲ ਕਹਿਣਾ ਕਿ ਜਦੋਂ ਆਪਣਾ ਬੱਚਾ ਜਾਂ ਆਪਣਾ ਕੋਈ ਵੀ ਇੰਸਟੀਚੂਨ ਜਿਹੜਾ ਆਪਣਾ ਜਿਹਨੂੰ ਅਸੀਂ ਮੰਨਦੇ ਆ ਉਹਨੂੰ ਅਸੀਂ ਡੀਲ ਕਿਵੇਂ ਕਰਨਾ ਤੇ ਵਿਰੋਧੀ ਚੀਜ਼ ਨੂੰ ਕਿਵੇਂ ਡੀਲ ਕਰਨਾ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਆਪਣੇ ਨੂੰ ਅਸੀਂ ਕਹਿੰਦੇ ਇਹਨੂੰ ਸੁਧਾਰੋ ਅਖੀਰ ਤੱਕ ਦਵਾਈ ਦਿੰਨੇ ਆ ਨਾ ਮੋਡਿਆਂ ਤੇ ਚੁੱਕ ਕੇ ਲਈ ਫਿਰਦੇ ਆ ਨਾ ਉਹਨੂੰ ਮਾਰਦੇ ਵੀ ਆ ਕੁੱਟਦੇ ਵੀ ਆ ਡਾਂਟਦੇ ਵੀ ਆ ਖਰਚਾ ਵੀ ਕਰਦੇ ਆ ਬਚਾਉਣ ਦੀ ਕੋਸ਼ਿਸ਼ ਆ ਬਣਾਉਣ ਦੀ ਕੋਸ਼ਿਸ਼ ਆ ਤੋੜਨ ਦੀ ਨਹੀਂ ਸਾਡੀ ਇੱਕ ਅਜੀਬ ਸਾਇਕੀ ਬਣਦੀ ਜਾ ਰਹੀ ਆ ਤੋੜ ਦਿਓ ਮਾਰ ਦਿਓ ਭੰਨ ਦਿਓ ਛੱਡਿਓ ਨਾ ਫੜ ਲਓ ਫਿਰ ਉਹ ਤੋਂ ਬਾਅਦ ਉਹਦੋਂ ਪਤਾ ਨਹੀਂ ਮੈਂ ਬਹੁਤ ਛੋਟਾ ਸੀ ਮੈਂ ਲੰਬੀ ਗੱਲ ਕਰ ਰਿਹਾ ਮੈਂ ਕਿਉਂ ਇਹ ਸਾਡੀ ਸਾਈ ਕੀ ਹੈ ਇਹ ਬਚਗਾਨਾ ਸਾਈ ਕੀ ਹੈ ਉਹ ਛੋਟਾ ਸੀ ਮੈਨੂੰ ਮੁਰਗੀ ਨੇ ਇਹ ਨਿੱਕੀ ਜੀ ਗੱਲ ਹੈ ਗੱਲ ਮੈਨੂੰ ਜ਼ਿੰਦਗੀ ਚ ਬੜੀ ਬਾਰੀ ਮੈਂ ਪਹਿਲਾਂ ਵੀ ਕੀਤੀ ਹੈ ਮੁਰਗੀ ਨੇ ਬੱਚੇ ਕੱਢੇ ਇੱਕੋ ਦਿਨ ਦੇ ਸਿਆਲ ਦੇ ਦੇਣ ਕਿ ਬੱਚਾ ਸੀ ਮੈਂ ਵੀ ਬੜਾ ਸੱਚ ਮੈਂ ਬਾਪ ਨੂੰ ਦੇਖਿਆ ਸੀ ਉਹ ਵੈਟਰਨਰੀ ਡਾਕਟਰ ਹੁੰਦੇ ਸੀਗੇ ਕਿ ਉਹ ਨਾ ਕਿਵੇਂ ਆਪਰੇਸ਼ਨ ਮੈਨੂੰ ਇੰਜ ਲੱਗਾ ਕਿ ਉਹ ਮੁਰਗੀ ਜਿਹੜੀ ਐ ਕਿਤੇ ਚੂਹੇ ਵਾਲੀ ਦਵਾਈ ਖਾ ਗਈ ਕਿਤੇ ਖੇਤਾਂ ਚ ਪਾਈ ਸੀ ਇਹ ਮਰ ਗਈ ਤੇ ਬੱਚੇ ਮਰ ਜਾਣਗੇ ਘਰ ਚ ਕੋਈ ਨਹੀਂ ਸੀ ਮੈਂ ਚਾਕੂ ਨੂੰ ਗਰਮ ਕੀਤਾ ਤੇ ਫਟਾਫਾਟ ਉਹਦੀ ਜਿਹੜੀ ਪੋਰਟ ਹੁੰਦੀ ਆਗੇ ਸਟੋਰ ਆ ਉਹਦੇ ਚ ਉਹ ਸਾਰੇ ਦਾਣੇ ਕੱਢ ਤੇ ਕਿ ਮੁਰਗੀ ਜਿਹੜੀ ਐ ਬੱਚਿਆਂ ਦੀ ਮਾਂ ਬਚੀ ਰਹੀ ਤੇ ਸਿਆਲ ਦੇ ਵਿੱਚ ਪਾਲ ਲੂਗੀ 10 12 ਬੱਚੇ ਪਲ ਜਾਣਗੇ ਹੁਣ ਜਦੋਂ ਮੈਂ ਉਹ ਤੇ ਕਰਤਾ ਕਾਲੀ ਕਾਲੀ ਇਹ ਸੋਚਿਆ ਹੀ ਨਹੀਂ ਕਿ ਉਹਨੂੰ ਟੰਕੇ ਵੀ ਲਾਉਣੇ ਆ ਦਵਾਈ ਵੀ ਦੇਣੀ ਆ ਉਸ ਜ਼ਖਮ ਨੂੰ ਹੀਲ ਵੀ ਕਰਨਾ ਕਿਉਂਕਿ ਅਕਲ ਨਹੀਂ ਸੀ ਪਹਿਲਾ ਐਕਸ਼ਨ ਇੰਟੈਂਸ਼ਨ ਬੜੀਆਂ ਚੰਗੀਆਂ ਸੀ ਠੀਕ ਸੀ ਪਰ ਰਿਜ਼ਲਟ ਕੀ ਨਿਕਲਿਆ ਮੁਰਗੀ ਮਾਰ ਕੇ ਆਪਾਂ ਕਈ ਵਾਰੀ ਮੈਂ ਬੜੇ ਇਮਾਨਦਾਰੀ ਦੇ ਨਾਲ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ ਸਾਨੂੰ ਕੁਝ ਪਿਆਰਾ ਨਹੀਂ ਹੈ ਕਿਸੇ ਸੀ ਕਿਸੇ ਤੋਂ ਕੁਝ ਨਹੀਂ ਲੈਣਾ ਤੁਹਾਨੂੰ ਪਤਾ ਮੈਂ ਕਦੀ ਇਲੈਕਸ਼ਨ ਨਹੀਂ ਲੜਿਆ ਉਹ ਇਲੈਕਸ਼ਨਾਂ ਲੜਾਈਆਂ ਆ ਮੈਂ ਲੋਕਾਂ ਨੂੰ ਖਰਚਾ ਵੀ ਕੋਲੋਂ ਕੀਤਾ ਮੈਂ ਕਹਿੰਦੀ ਨਾ ਮੈਂ ਕਦੀ ਟਿਕਟ ਲਵਾ ਨਾ ਮੈਨੂੰ ਕੋਈ ਸ਼ੌਕ ਆ ਪਰ ਸਾਡਾ ਅਸੀਂ ਪੰਜਾਬ ਦਾ ਪਾਣੀ ਪੀਤਾ ਇਸ ਧਰਤੀ ਦਾ ਪਾਣੀ ਪੀਤਾ ਇੱਥੇ ਜੰਮੇ ਆ ਪਲੇ ਆ ਉਹਨਾਂ ਸੰਸਕਾਰਾਂ ਚ ਵੱਡੇ ਹੋਏ ਆ ਸੰਤ ਬਾਬਾ ਵਿਸਾਖਾ ਸਿੰਘ ਸਾਡੇ ਘਰ ਆਉਂਦੇ ਸੀਗੇ ਤਦੇਰ ਵਾਲੇ ਅਸੀਂ ਉਸ ਜਿਹੜੇ ਗਦਰਾਈਟ ਸੀਗੇ ਮੈਂ ਉੱਥੇ ਸਟਾਕਟਨ ਉਹਨਾਂ ਦੇ ਜਗਾ ਸਾਰੀ ਦੇਖ ਕੇ ਆਇਆ ਕੈਲੀਫੋਰਨੀਆ ਦੇ ਵਿੱਚ ਕਿ ਕਿੱਥੋਂ ਪੈਸੇ ਉਹਨਾਂ ਦਾ ਫਾਰਮ ਵੀ ਦੇਖ ਕੇ ਆਇਆ ਜਿੱਥੋਂ ਪੋਸਟ ਸਾਰੀ ਪੋਸਟ ਆਫਿਸ ਵੀ ਦੇਖ ਕੇ ਆਇਆ ਮੈਨੂੰ ਉੱਥੇ ਸਾਡੇ ਸੱਜਣਾ ਨੇ ਚੰ ਗੁਰਿੰਦਰ ਉਹਨਾਂ ਨੇ ਚੰਗੀ ਤਰ੍ਹਾਂ ਦਿਖਾ ਲਿਆ ਬੜਾ ਚੰਗਾ ਲੱਗਾ ਹੁਣ ਸਾਡੀ ਇੰਨੀ ਜਮੀਰ ਤੇ ਹੈਗੀ ਐ ਕਿ ਅਸੀਂ ਇਸ ਪੰਜਾਬ ਨੂੰ ਬਚਾਈਏ ਕਿਵੇਂ ਜੇ ਕੋਈ ਹੋਰ ਚੀਜ਼ ਦੇਖਦੀ ਐ ਤੇ ਮੈਨੂੰ ਦੱਸੋ ਮੈਂ ਜਰੂਰ ਤੁਸੀਂ ਵੀ ਦੱਸ ਦਿਓ ਹੋਰ ਸਾਡੇ ਸੱਜਣ ਵੀ ਸਾਨੂੰ ਦੱਸਣ ਕਿ ਕੀ ਕਰਨਾ ਜੇ ਆਪ ਕੁਝ ਕਰਨਾ ਨਹੀਂ ਤੇ ਸਵੇਰੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਤੇ ਸ਼ਾਮ ਨੂੰ ਕਹਿਣਾ ਵੀ ਮੈਂ ਬਹੁਤ ਚੰਗਾ ਵੀ ਚੰਗੇ ਤੇ ਤੁਸੀਂ ਹੈਗੇ ਆ ਕਿ ਤੁਸੀਂ ਚੋਰ ਨੂੰ ਫੜਿਆ ਚੋਰ ਨੂੰ ਆਡੈਂਟੀਫਾਈ ਕੀਤਾ ਪਰ ਕੋਈ ਸਾਧ ਵੀ ਤੇ ਬਿਠਾਓਗੇ ਉਹਦੀ ਜਗ੍ਹਾ ਉਹ ਕਿੱਥੇ ਆ ਕਿ ਗਾਲਾਂ ਕੱਢ ਕੇ ਕੰਮ ਖਤਮ ਹੋ ਗਿਆ ਐਸ ਲਈ ਆਪਾਂ ਇਸ ਪਾਸੇ ਸੋਚ ਨੂੰ ਲਾਓ ਅਕਾਲੀ ਦਲ ਜਿਹੜਾ ਮੈਨੂੰ ਤੇ ਮੇਰੇ ਪਰਸਨਲੀ ਮੈਨੂੰ ਅਕਾਲੀ ਦਲ ਵੀ ਇੰਪੋਰਟੈਂਟ ਨਹੀਂ ਆ ਕੋਈ ਵੀ ਦਲ ਨਹੀਂ ਇੰਪੋਰਟੈਂਟ ਪੰਜਾਬ ਤੇ ਪਿਆਰਾ ਪੰਜਾਬ ਦੀ ਧਰਤੀ ਪੰਜਾਬ ਦਾ ਫਲਸਫਾ ਪੰਜਾਬ ਦੇ ਗੁਰੂਆਂ ਵੱਲੋਂ ਦਿੱਤਾ ਆਇਆ ਸ਼ਬਦ ਗੁਰੂ ਔਰ ਜੋ ਇੱਥੇ ਦਾ ਨੈਟਵਰਕ ਸਮਾਜ ਭਲਾਈ ਿਕਲਿਆਣ ਜੋ ਸਿੱਖ ਸਮੁਦਾਇ ਕਰਦਾ ਕਿਤੇ ਦੁਨੀਆਂ 'ਚ ਮੈਨੂੰ ਦਿਖਾ ਲਓ ਏਡੇ ਵੱਡੇ ਚੇਂ ਲੰਗਰਾਂ ਦੀ ਹੋਵੇ ਅੱਜ ਤੁਸੀਂ ਅੱਧਾ ਦੇਸ਼ ਦਾ ਵਿਦੇਸ਼ ਸਿਰ ਧੜ ਦੀ ਬਾਜੀ ਲਾ ਕੇ ਅੱਧੇ ਦੇਸ਼ ਨੂੰ ਲੰਗਰ ਲਾ ਕੇ ਰੋਟੀ ਖਵਾਉਣ ਲੱਗ ਜੜਗੇ ਇਨਾ ਚਰਦਾ ਨਹੀਂ ਇਸ ਵਿਚਾਰ ਨੂੰ ਜਿਹੜਾ ਦੁਨੀਆ ਦੀ ਸਰਮਾਇਦਾਰੀ ਨੂੰ ਦੁਨੀਆ ਦੇ ਜਿਹੜਾ ਇਥੇ ਖਫਤਕਾਰੀ ਯੋਗਿਆ ਉਹਨੂੰ ਅੱਖਾਂ ਦਿਖਾਉਂਦੇ ਆ ਔਰ ਜਿਹੜੇ ਸਮਾਜ ਕਲਿਆਣ ਦੇ ਵਿੱਚ ਕਲਿਆਣ ਦੀ ਔਰ ਦੂਸਰਿਆਂ ਦਾ ਕੁਝ ਉਹਨਾਂ ਲਈ ਕੁਰਬਾਨੀ ਕਰਕੇ ਖੁਸ਼ੀ ਮਨਾਉਣ ਦੀ ਇੱਕ ਇਥੇ ਇਹਨਾਂ ਦੇ ਵਿੱਚ ਰਵਾਇਤ ਹੈਗੀ ਹੈ ਕਿ ਸਾਨੂੰ ਉਹਨੂੰ ਬਚਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਮੇਰਾ ਸਵਾਲ ਹੈ ਨਾ ਮੇਰਾ ਕਿਸੇ ਨਾਲ ਮੈਂ ਤੁਹਾਨੂੰ ਨਿੱਜੀ ਤੌਰ ਤੇ ਕਹਿ ਦਿਆਂ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਿਹੜੇ ਬੰਦੇ 24 ਘੰਟੇ ਗੱਲਾਂ ਦੇ ਤਬਦੀਲੀ ਦੀਆਂ ਕਾਰਨ ਇਨਕਲਾਬ ਦੀਆਂ ਕਾਰਨ ਸਮਾਜ ਕਲਿਆਣ ਦੀਆਂ ਕਾਰਨ ਔਰ ਇਹ ਗੱਲਾਂ ਕਰਨ ਕਿ ਅਸੀਂ ਸਮਾਜ ਦੇ ਵਿੱਚ ਜਾਤੀਵਾਦ ਤੋਂ ਮੁਕਤ ਸਮਾਜ ਚਾਹੁੰਦੇ ਹਾਂ ਕਿ ਕੰਮ ਸਾਰੇ ਉਲਟੇ ਕਰਨ ਮੈਂ ਉਹਨਾਂ ਦੀ ਬਿਲਕੁਲ ਕਿਸੇ ਗੱਲ ਦੀ ਸੱਚੀ ਮੁੱੱਚੀ ਦਿਲੋਂ ਮੈਨੂੰ ਕੋਈ ਪਰਵਾਹ ਨਹੀਂ ਹੁੰਦੀ ਟਰੱਟਲ ਤੇ ਕੰਮ ਕਰਨ ਦੀ ਬਹੁਤ ਲੋੜ ਆ ਤੇ ਜੋ ਵੀ ਦਿਖਦਾ ਜਿੰਨੇ ਵੀ ਜਿੱਥੇ ਦੇਖਦਾ ਕੁਝ ਕੰਟਰੀਬਿਊਟ ਕਰੀਏ ਸਿਰਫ ਗਾਲੀ ਗਲੋਚ ਕੱਢ ਕੇ ਸੌਂ ਜਾਣ ਦੇ ਨਾਲ ਕੁਝ ਨਹੀਂ ਬਣਦਾ ਜੀ ਤੇ ਹੁਣ ਜਿਹੜੀ ਤਾੜਨਾ ਜਥੇਦਾਰ ਸਾਹਿਬ ਨੇ ਕੀਤੀ ਆ ਤੇ ਉਧਰੋਂ ਇਹ ਸਾਰੇ ਬਾਕੀ ਤੇ ਦਾਗੀ ਸਾਰਿਆਂ ਨੂੰ ਸੱਦ ਲਿਆ ਗਿਆ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਕਿ ਹੁਣ ਕੀ ਬਣੇਗਾ ਹੁਣ ਕੌਣ ਕਹੇਗਾ ਕਿ ਕਿੰਨੂੰ ਪ੍ਰਧਾਨ ਲਾਓ ਹੁਣ ਤੇ ਸਾਰੇ ਕਟਾਰੇ ਦੇ ਵਿੱਚ ਖੜੇ ਹੋਵੇ ਦੇ ਕੋਈ ਇੱਕ ਗੱਲ ਤੇ ਬਿਲਕੁਲ ਸਾਫ ਆ ਕਿ ਤੁਸੀਂ ਦੋ ਕੰਮ ਨਹੀਂ ਕਰ ਸਕਦੇ ਕਾਮਨ ਸੈਂਸ ਦੀ ਗੱਲ ਆ ਕਿ ਤੁਸੀਂ ਕੋਰਟ ਵਿੱਚ ਕੇਸ ਵੀ ਲਾ ਦਿਓ ਤੇ ਰੋਜ਼ ਇੱਕ ਦੂਜੇ ਨੂੰ ਗਾਲਾਂ ਵੀ ਕੱਢੋ ਫਿਰ ਕੋਰਟ ਚ ਕਾ ਨੂੰ ਜਾਣਾ ਸੀ ਤੇ ਜੇ ਉਹਨਾਂ ਨੂੰ ਸਾਡੇ ਜਿਹੜੇ ਬੰਦੇ ਆ ਜਿਹੜੇ ਗਏ ਆ ਸਾਰੇ ਜੇ ਉਹਨਾਂ ਨੂੰ ਸਮਝ ਨਹੀਂ ਆਈ ਤੇ ਫਿਰ ਜਥੇਦਾਰ ਸਾਹਿਬ ਉਹਨਾਂ ਨੇ ਉਹਨਾਂ ਨੂੰ ਸਮਝਾ ਦਿੱਤਾ ਕਿ ਭਾਈ ਜਦ ਤੱਕ ਅਸੀਂ ਕੋਈ ਫੈਸਲਾ ਨਹੀਂ ਦਿੰਦੇ ਤੁਸੀਂ ਚੁੱਪ ਰਹੋ ਨਹੀਂ ਤੇ ਅਸੀਂ ਆਪਣਾ ਜਲੂਸ ਜਨਤਾ 'ਚ ਆਪ ਕੱਢਦੇ ਦੂਸਰੀ ਗੱਲ ਮੈਂ ਇਹਦੇ ਤੋਂ ਅਗਲੀ ਗੱਲ ਕਰਦਾ ਕੀ ਸਾਡੇ ਪੰਜਾਬ ਦੇ ਵਿੱਚ ਜਾਂ ਸਿੱਖੀ 'ਚ ਹੀ ਸਾਰੀ ਦੁਨੀਆ ਦੀਆਂ ਪ੍ਰੋਬਲਮਾਂ ਆ ਗਈਆਂ ਕਿ ਦੇਸ਼ ਦੇ ਵਿੱਚ ਕਿਸੇ ਹੋਰ ਧਰਮ ਦੀ ਜਾਂ ਫਿਰਕੇ ਦੀ ਜਾਂ ਜਾਤ ਦੀ ਜਾਤੀਵਾਦੀਆਂ ਦੀ ਜਾਂ ਪਛੜੇ ਪਣ ਦੀ ਜਾਂ ਕਾਰਪੋਰੇਟਾਂ ਦੀ ਲੁੱਟ ਦੀ ਕੋਈ ਦੁਨੀਆ 'ਚ ਪ੍ਰੋਬਲਮ ਨਹੀਂ ਰਹੀ ਦੇਸ਼ 'ਚ ਪ੍ਰੋਬਲਮ ਨਹੀਂ ਰਹੀ ਜੋ ਵੀ ਘੰਟੇ ਜਿਹੜੇ ਸਾਡੇ ਵਰਨੇਕੂਲਰ ਚੈਨਲ ਹੈਗੇ ਲੋਕਲ ਚੈਨਲ ਤੇ ਖਬਰ ਅੱਜ ਜਥੇਦਾਰ ਨੇ ਇੰਜ ਕਹਿਤਾ ਅੱਜ ਖਾਲੀਦ ਵਾਲੇ ਅੰਜ ਕਹਿਤਾ ਅੱਜ ਆ ਹੋ ਗਿਆ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੰਜ ਹੋ ਗਿਆ ਉੱਥੇ ਰੇਪ ਹੋ ਗਿਆ ਉੱਥੇ ਆ ਹੋ ਗਿਆ 24 ਘੰਟੇ ਇੱਕ ਲੋਕਾਂ ਦੀ માનਸਿਕਤਾ ਦੇ ਵਿੱਚ ਇਹੋ ਹੀ ਭਰਿਆ ਜਾ ਰਿਹਾ ਇੱਕੋ ਹੀ ਮੁੱਦਾ 24 ਘੰਟੇ ਕੀ ਕਿਤੇ ਹੋਰ ਸੰਸਥਾਨ ਦੇ ਵਿੱਚ ਡੇਰੀਆਂ ਚ ਘਟ ਹੋ ਰਿਹਾ ਆ ਦੋ ਤੇ ਬੰਦੇ ਸਾਡੀਆਂ ਹੀ ਕੋਟੀਆਂ ਨੇ ਫੜੇ ਹੋਇਆ ਆਸਰਾਮ ਤੇ ਜਿੱਥੇ ਰੇਪ ਹੁੰਦੇ ਆ ਇਸ ਲਈ ਸਾਡੇ ਵੀਰ ਜਿਹੜੇ ਆ ਨਾ ਉਹਨਾਂ ਨੂੰ ਇੱਕ ਟੋਟਲ ਕੈਨਵਸ ਦੇਸ਼ ਕੀ ਹੈ ਔਰ ਦੇਸ਼ ਵਿੱਚ ਅਸੀਂ ਕਿੱਥੇ ਖੜੇ ਆ ਔਰ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਕਰਨਾ ਉਹਦੀ ਪਲੈਨਿੰਗ ਉਹਦਾ ਬਲੂਪ੍ਰਿੰਟ ਮੇਰੇ ਵੀਰ ਜ਼ਰੂਰ ਲੈ ਕੇ ਆਉਣ ਡਿਸਕਸ ਕਰਨ ਔਰ ਉਹਦੇ ਤੇ ਕੰਮ ਕਰਨ ਖਲਾ ਇਹ ਨਹੀਂ ਕਿ ਡਿਸਕਸ ਕਰ ਲਿਆ ਤੇ ਕੰਮ ਖਤਮ ਹੋ ਗਿਆ ਉਹਨੂੰ ਤਰਾਥਲ ਤੇ ਕਿਵੇਂ ਆਤਾਰਨਾ ਇਸ ਲਈ ਕਈ ਵਾਰੀ ਕੀ ਹੁੰਦਾ ਕਿ ਸਚਾਈ ਦੇ ਨਾਂ ਦੇ ਉੱਤੇ ਬਹੁਤ ਬਹੁਤ ਇਹ ਚੰਗੀਆਂ ਗੱਲਾਂ ਲੱਭਣ ਦੇ ਨਾਂ ਦੇ ਉੱਤੇ ਇਨਸਾਫ਼ ਦੇ ਨਾਂ ਦੇ ਉੱਤੇ ਕਿਸੇ ਸਮੁਦਾਏ ਨੂੰ ਟਾਰਗੇਟ ਕਰਕੇ ਇੰਨਾ ਬਦੂ ਕਰਤਾ ਜਾਂਦਾ ਕਿ ਲੋਕ ਛੱਡ ਦਿੰਦੇ ਇਹ ਤੇ ਬੇਬਕੂਫ ਲੋਕ ਆ ਯਾਰ 24 ਘੰਟੇ ਆਪਸ ਵਿੱਚ ਹੀ ਲੜੀ ਜਾਂਦੇ ਆ ਇਹਨਾਂ ਦਾ ਤੇ ਕੋਈ ਆਪਣਾ ਜਿਹੜਾ ਕੋਈ ਸੂਤਰ ਨਹੀਂ ਆਉਂਦਾ ਪ੍ਰੋਗਰਾਮ ਸੂਤਰ ਨਹੀਂ ਆਉਂਦਾ ਇਹ ਤੇ ਲੜਨ ਲਈ ਪੈਦਾ ਹੋਇਆ ਆਪਸ ਵਿੱਚ ਵੀ ਤੇ ਬਾਹਰ ਇਸ ਤਰੀਕੇ ਦਾ ਇਮੇਜ ਇੱਕ ਮੀਡੀਆ 'ਚ ਲਗਾਤਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਬਹੁਤ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਕਿ ਜਿਹੜੀ ਘਰ ਦੀ ਲੜਾਈ ਆ ਸੋ ਬਨਾਏ ਦੀ ਅਪਸੀ ਲੜਾਈ ਹੈ ਉਹ ਪਬਲਿਕ ਤੇ ਨਹੀਂ 24 ਘੰਟੇ ਦੇ ਜਾ ਕੇ ਤੇ ਡਾਂਗ ਸੋਟਾ ਸੁਖਬੀਰ ਨੇ ਉਧਰੋਂ ਬਿਆਨ ਦੇ ਦਿੱਤਾ ਚੰਦੂ ਮਾਜਨੇ ਨੇ ਦੂਜੇ ਪਾਸੇ ਦਿੱਤਾ ਸਿਮਰਨਜੀਤ ਸਿੰਘ ਮਾਨ ਨੇ ਚੱਕ ਕੇ ਉਹ ਐਮਰਜੈਂਸੀ ਵਾਲੀ ਕੰਗਣਾ ਰਣਾਉ ਤੇ ਬਿਆਨ ਹੀ ਕੱਢ ਮਾਰਿਆ ਕਿੰਨੀ ਬਦਨਾਮੀ ਹੋ ਰਹੀ ਹੈ ਕਦੀ ਸੋਚ ਸਕਦੇ ਤੁਸੀਂ ਕੀ ਬਿਆਨ ਦਿੱਤਾ ਸੀਗਾ ਉਹ ਤੁਸੀਂ ਦੱਸੋ ਮੈਨੂੰ ਤੋਂ ਵੀ ਸਾਨੂੰ ਸਿੱਖੀ ਨੂੰ ਰਿਪਰੈਜ਼ੈਂਟ ਕਰਦੇ ਆ ਇਸ ਲਈ ਸਾਡੇ ਬੰਦਿਆਂ ਨੂੰ ਆਪਣੀ ਜਿਹੜੀ ਜਿਸ ਕਿਸਮ ਦੇ ਅਸੀਂ ਵਿਰਸੇ ਦੇ ਮਾਲਕ ਹੈਗੇ ਆ ਔਰ ਮੈਨੂੰ ਬੜੇ ਮਾਣ ਨਾਲ ਕਹਿੰਦਾ ਕਿ ਮੈਂ ਉਸ ਚੰਗੀ ਧਰਤੀ ਤੇ ਬੈਠਾ ਆ ਉਸ ਲਈ ਸਾਨੂੰ ਇਹ ਵਖਰੇਵਾ ਪਾ ਕੇ ਚੱਲਣਾ ਪਊਗਾ ਕਿ ਘਰੇਲੂ ਲੜਾਈ ਨੂੰ 24 ਘੰਟੇ ਪਬਲਿਕ ਦੇ ਵਿੱਚ ਕਹਿੰਦੇ ਨੇ ਅੰਗਰੇਜ਼ੀ ਚ ਕਹਿੰਦੇ ਵਾਸ਼ਿੰਗ ਡਰਟੀ ਲਿਨਨ ਇਨ ਦਾ ਓਪਨ ਘਲੀ ਮੱਲੀ ਆਦੇ ਵਿੱਚ ਲੜਾਈਆਂ ਕਰਨੀਆਂ ਤੂ ਤੂ ਮੈਂ ਮੈਂ ਕਰਨੀ ਜਾਂ ਇਹੋ ਜਿਹੇ ਇਹੋ ਜਿਹੇ ਤਰੀਕੇ ਨਾਲ ਇਹੋ ਜਿਹੇ ਸੁੱਚੇ ਉੱਚੇ ਵਿਚਾਰ ਨੂੰ ਬਦੂ ਕਰਨਾ ਉਹਦੇ ਨਾਲ ਅਸੀਂ ਆਪਣਾ ਜਲੂਤ ਕੱਢਦੇ ਆ ਮੇਰਾ ਖਿਆਲ ਹੈ ਕਿ ਸਾਰੇ ਪਾਸਿਓਂ ਇਹ ਬੜਾ ਸੋਚਣ ਦੀ ਗੱਲ ਹੈ ਜੇ ਉਹਨਾਂ ਨੇ ਚੇਤਾ ਕਰਾਇਆ ਆ ਜੇ ਜ਼ਿਆ ਤੇਦਾਰਕ ਵੀ ਹਿਰਸੇng ਉਹਨਾਂ ਨੇ ਤੇ ਇਹ ਚੰਗੀ ਗੱਲ ਹੈ ਸਾਡੇ ਵੀਰਾਂ ਨੂੰ ਸਮਝਣਾ ਚਾਹੀਦਾ ਅਗਲੀ ਗੱਲ ਨੂੰ ਸਰਕਾਰ ਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ اجلاس ਦਾ ਦੂਜਾ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਉੱਤੇ ਵੀ ਸਵਾਲ ਉੱਠੇ ਤੇ ਸਵਾਲ ਜਿਹੜੇ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਪੀਕਰ ਸਾਹਿਬ ਨੇ ਜਿਹੜਾ ਸਵਾਲ ਚੁੱਕਿਆ ਸੀ ਉਹ ਵੀ ਅੱਜ ਅੱਗੇ ਵਧੀ ਐਨਓਸੀ ਦੀ ਗੱਲ ਹੋਈ ਉਹਦੇ ਤੇ ਵੀ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਉੱਠੇ ਤੇ ਜੇ ਅਸੀਂ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲ ਕਰੀਏ ਤਾਂ ਉਧਰੋ اجلاس ਚੱਲਦਾ ਤੇ ਉਧਰੋ ਫਿਰੋਜ਼ਪੁਰ ਦੇ ਵਿੱਚ ਜਿਹੜਾ ਫਾਇਰਿੰਗ ਹੁੰਦੀ ਹੈ ਇਸ ਢੰਗ ਨਾਲ ਜਿਵੇਂ ਮੂਸੇ ਵਾਲੇ ਨੂੰ ਘੇਰ ਕੇ ਕਤਲ ਕੀਤਾ ਹਾਲਾਂਕਿ ਵਾਰਦਾਤ ਹੈ ਬਹੁਤ ਵੱਡੀ ਤਿੰਨ ਜਣਿਆਂ ਦਾ ਕਤਲ ਹੋਇਆ ਇੱਕ ਕੁੜੀ ਦੇ ਸਣੇ ਸਵਾਲ ਇੱਥੇ ਸਾਰੇ ਸਿਸਟਮ ਦੇ ਉੱਤੇ ਉੱਠਦੇ ਨੇ ਉਮਰ ਵਿਜੇ ਪ੍ਰਤਾਪ ਦੇ ਕਹਿਣ ਵਾਂਗੂ ਕਿ ਮਾਫੀਆ ਇੰਨਾ ਜ਼ਿਆਦਾ ਹਾਵੀ ਹੋ ਚੁੱਕਿਆ ਹੈ ਕਿ ਸਰਕਾਰਾਂ ਨੂੰ ਸਮਝ ਨਹੀਂ ਆਉਂਦਾ ਜਾਂ ਜਿਹੜੇ ਬੈਠੇ ਲੀਡਰ ਗੱਡੀਆਂ ਦੇ ਉੱਤੇ ਨਾਲ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਟਾਂਗੇ ਤੇ ਮੈਂ ਕਹਿ ਰਿਆ ਨਾ ਕਿ ਬੜੇ ਚਾਅ ਨਾਲ ਅਸੀਂ ਸਰਕਾਰ ਲਿਆਂਦੀ ਸੀ ਅਸੀਂ ਉਦੋਂ ਪਹਿਲਾਂ ਵੀ ਰੌਲਾ ਪਾਉਂਦੇ ਸੀ ਵੀ ਬਚੋ ਇਨਾਂ ਤੋਂ ਅੱਜ ਤੇ ਅਸੀਂ ਨਹੀਂ ਕਹਿੰਦੇ ਇਹ ਤੇ ਜਿਹੜੇ ਕਸਟੂਡੀਅਨ ਆਫ ਦਾ ਵਿਧਾਨ ਸਭਾ ਹਾਊਸ ਜਿਹੜਾ ਆ ਪਬਲਿਕ ਹਾਊਸ ਆ ਉਹ ਕਹਿ ਰਿਹਾ ਕਿ ਬਾੜ ਖੇਤ ਨੂੰ ਖਾਰੀ ਹੈ ਔਰ ਜਦੋਂ ਇਹ ਉਹਨਾਂ ਦਾ ਇਹਦਾ ਮਤਲਬ ਜੋ ਉਹਨਾਂ ਨੇ ਕਿਹਾ ਕਿ ਡੀਜੀਪੀ ਸਾਹਿਬ ਉੱਥੇ ਦੇ ਜਿਹੜੇ ਇਹ ਏਐਸਆਈ ਹੈ ਬੋਰਡ ਸਿੰਘ ਉਹਦੀ ਰਿਪੋਰਟ ਲਿਆ ਕੇ ਦੇਣ ਸਾਡੇ ਨਾਲ ਇਸ ਤਰੀਕੇ ਨਾਲ ਉਹਨਾਂ ਨੇ ਕੋਈ ਸੇ ਗੈਂਗਸਟਰ ਤੋਂ ਵੱਡੀ ਲਈ ਹੈ ਉਹ ਵੀ ਥਰੂ ਬੈਂਕ ਤੇ ਇਹ ਸਾਡੇ ਚੱਲ ਕੀ ਰਿਹਾ ਇਹ ਗੱਲ ਜਦੋਂ ਉਹਨਾਂ ਨੇ ਰੱਖੀ ਹੈ ਇਹਦਾ ਮਤਲਬ ਕਿ ਪਹਿਲਾ ਸਪੀਕਰ ਸਾਹਿਬ ਨੇ ਸਾਰਿਆਂ ਨੂੰ ਅਪਰੋਚ ਕੀਤਾ ਕਿਸੇ ਨੇ ਨਹੀਂ ਸੁਣੀ ਫਿਰ ਹਾਰ ਕੇ ਉਹਨਾਂ ਨੂੰ ਆਪਣੀ ਗੱਲ ਪਚਾਉਣ ਲਈ ਵਿਧਾਨ ਸਭਾ ਚ ਲਿਆ ਕੇ ਰਿਜ਼ੋਲਵ ਕਰਾਉਣੀ ਪਈ ਤੇ ਚਲੋ ਘੱਟੋ ਘੱਟ ਜੇ ਮੇਰੀ ਨਹੀਂ ਸੁਣਦੇ ਤੇ ਵਿਧਾਨ ਸਭਾ ਦੀ ਤੇ ਸੁਣਨਗੇ ਤੁਸੀਂ ਹੁਣ ਹਾਲਾਤ ਤੇ ਦੇਖੋ ਕਿ ਹੋਜੇ ਪੰਜਾਬ ਦੇ ਬਣੇ ਆ ਜੇ ਸਪੀਕਰ ਦੀ ਨਹੀਂ ਸੁਣਦੇ ਤੇ ਮਨਿਸਟਰ ਦੀ ਕਿਹਨੇ ਸੁਣਨੀ ਆ ਜੇ ਮਨਿਸਟਰ ਦੀ ਨਹੀਂ ਸੁਣਦੇ ਤੇ ਐਮ ਐਲ ਏ ਦੀ ਤੇ ਬਿਲਕੁਲ ਕਿਸੇ ਨੇ ਸੁਣਨੀ ਨਹੀਂ ਅਸੀਂ ਅੱਗੇ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਇਹ ਜਿਹੜਾ ਸੱਤਾ ਦਾ ਕੇਂਦਰੀਕਰਨ ਹੋ ਜਾਣਾ ਤੇ ਆਪਣੀ ਜੇਬ ਵਿੱਚ ਪਾ ਕੇ ਤੇ ਸਾਰਿਆਂ ਨੂੰ ਨਚਾਉਣਾ ਬੜਾ ਖਤਰਨਾਕ ਆ ਖਾਸ ਕਰ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੂੰ ਸੱਤਾ ਦਾ ਤੁਰੰਤ ਵਿਕੇਂਦਰੀਕਰਨ ਕਰਨਾ ਚਾਹੀਦਾ ਤਾਂ ਕਿ ਸਾਰੇ ਰਲ ਕੇ ਸਰਕਾਰ ਚਲਾਉਣ ਕੱਲਾ ਬੰਦਾ ਜਿੰਨਾ ਮਰਜੀ ਸਿਆਣਾ ਤਕੜਾ ਇਮਾਨਦਾਰ ਹੋਵੇ ਉਹ ਸਰਕਾਰ ਨਹੀਂ ਹੋ ਸਕਦਾ ਡਿਕਟੇਟਰ ਤੇ ਜ਼ਰੂਰ ਹੋ ਸਕਦਾ ਜੋ ਤੁਸੀਂ ਅੱਜ ਜਵਾਬ ਸਵਾਲ ਦੇ ਚੀਫ ਮਿਨਿਸਟਰ ਸਾਹਿਬ ਦੇ ਸੁਣੇ ਆ ਠੀਕ ਹੈ ਲੋਕਾਂ ਦੇ ਕੰਨਾਂ ਨੂੰ ਕਈ ਵਾਰੀ ਬੜੇ ਚੰਗੇ ਲੱਗਦੇ ਆ ਰਸੀਲੇ ਲੱਗਦੇ ਆ ਪਰ ਬਹੁਤ ਬਝਗਾਨਾ ਸੀਗੇ ਇਸ ਲਈ ਸਾਨੂੰ ਇਸ ਵੇਲੇ ਇੱਕ ਉਹ ਬੰਦਾ ਚਾਹੀਦਾ ਆ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਇਨਕਲੂਡਿੰਗ اپੋਜੀਸ਼ਨ ਪਾਰਟੀ ਇੱਕ ਟੀਮ ਲੀਡਰ ਦੇ ਤੌਰ ਤੇ ਪੰਜਾਬ ਦੇ ਵਿੱਚ ਨਸ਼ਾ ਤੇ ਗੈਂਗਸਟਰਿਜ਼ਮ ਲੌਅ ਐਂਡ ਆਰਡਰ ਜਿਹੜਾ ਤੁਸੀਂ ਗੱਲ ਕਰ ਰਹੇ ਆਂ ਰੇਤਾ ਬਜਰੀ ਤੇ ਖਾਸ ਕਰਕੇ ਜਿਹੜਾ ਨਸ਼ੇ ਦਾ ਤੇ ਪੁਲਿਸ ਨੂੰ ਕਿਵੇਂ ਨਕੀਲ ਪਾਉਣੀ ਇਹ ਸਾਰੇ ਕੰਮ ਕਰਨ ਦੀ ਬਹੁਤ ਤੁਰੰਤ ਲੋੜ ਹੈ ਇਹ ਤੋਂ ਪਹਿਲਾਂ ਕਿ ਤੁਸੀਂ ਬੇਰੁਜ਼ਗਾਰੀ ਸਿਹਤ ਸਿੱਖਿਆ ਹੋਰ ਗੱਲਾਂ ਕਰ ਸਕੋ ਇਸ ਵੇਲੇ ਤੇ ਹਾਲਾਤ ਹੀ ਰਹਿਣ ਜੋਗੇ ਨਹੀਂ ਰਹੇ ਇਥੇ ઘણી ਗੁਰਦੁਆਰੇ ਚੋਂ ਕਾਰ ਗੁਰਦੁਆਰੇ ਦੇ ਸਾਹਮਣੇ ਘਾਰਿਆ ਕੋਈ ਰੈਕਿੰਗ ਰੁਕੀ ਹੋਈ ਹੋਊਗੀ ਭੋਨੇ ਦਿੱਤਾ ਕੁੜੀ ਨੇ ਯੰਗ ਲੜਕੀਆਂ ਨੂੰ ਹੋਰ ਦਸਾਂ ਦਿਨਾਂ ਤੋਂ ਵਿਆਹ ਹੋਣਾ ਸੀਗਾ ਉਹਦੀ ਫੋਟੋ ਜਿਸ ਤਰ੍ਹਾਂ ਦਿਖਾਈ ਹੈ ਸਿਰ ਸੇ ਸ਼ਰਮ ਦੇ ਨਾਲ ਝੁੱਕ ਜਾਂਦਾ ਦਹਿਲਦਾ ਵੀ ਹੈ ਤੇ ਭਈ ਆਹ ਗੱਲ ਹੋ ਰਹੀ ਹੈ ਤਿੰਨ ਬੰਦੇ ਥਾਂ ਯੰਗ ਲੋਕ ਮਾਰ ਦਿੱਤੇ ਆ ਇੱਕ ਹੋਰ ਬਹੁਤ ਸੀਰੀਅਸਲੀ ਜ਼ਖਮੀ ਆ ਪਤਾ ਨਹੀਂ ਬਚੇ ਕਿ ਨਾ ਬਚਿਆ ਇੱਕ ਹੋਰ ਨੂੰ ਪੰਜ ਲੋਕਾਂ ਨੂੰ 50 ਰੌਂਦ ਦਿਨ ਦਿਹਾੜੇ ਮਾਰ ਐ ਅੰਮ੍ਰਿਤਸਰ ਵਾਲੇ ਮੈਂ ਉਹ ਕਈ ਵਾਰੀ ਜਗ੍ਹਾ ਦਾ ਖਾਸ ਖਿਆਲ ਨਹੀਂ ਦੇਦਾ ਕਿਉਂਕਿ ਇਨਸੀਡੈਂਟ ਦੀ ਗੱਲ ਹੈ ਸੁਨਿਆਰੇ ਨੂੰ 30 ਲੱਖ ਦੀ ਫਰੋਤੀ ਗੈਂਗਸਟਰਾਂ ਨੇ ਕਹੀ ਉਨੇ ਕਿਹਾ ਮੈਂ ਨਹੀਂ ਦੇ ਸਕਦਾ ਇਹ ਤਾਂ ਬਹੁਤ ਜ਼ਿਆਦਾ ਪੈਸਾ ਜਾਂ ਜੋ ਵੀ ਹੈ ਸ਼ਾਮ ਨੂੰ ਆਏ ਜਾਂ ਜਿਸ ਵੇਲੇ ਵੀ ਆਏ ਆ ਕੇ ਗੇਟ ਦੇ ਉੱਤੇ ਗੋਲੀਆਂ ਮਾਰ ਕੇ ਗਏ ਉਹ ਕੱਲੀ ਕੱਲੀ ਗੋਲੀ ਦਿਖਾ ਰਹੇ ਸੀ ਆ ਸਾਡੇ ਵੀ ਇੱਥੇ ਕੋਈ ਜੀਪ ਦੇ ਉੱਤੇ ਇਹੋ ਜਿਹਾ ਕੁਝ ਹੋਇਆ ਮਹਾਲੀ ਜਾਂ ਇੱਥੇ ਨੇੜੇ-ਨੇੜੇ ਸਾਰੇ ਪੰਜਾਬ ਦੇ ਅੰਦਰ ਇਹ ਇੱਕ ਦੰਦ ਨਾਉਂਦੇ ਫਿਰਦੇ ਆ ਔਰ ਉਹਦੇ ਬਾਰੇ ਕੁਮਰ ਵਿਜੇ ਪ੍ਰਤਾਪ ਨੇ ਅਸੈਂਬਲੀ 'ਚ ਖੜੇ ਹੋ ਕੇ ਜਦ ਇਹ ਗੱਲ ਕਹੀ ਹੈ ਕਿ ਇੱਥੇ ਤੇ ਜਿਹੜੇ ਬਾਹੂਬਲੀ ਆ ਜਾਂ ਗੈਂਗਸਟਰ ਆ ਉਹ ਚਲਾ ਰਹੇ ਆ ਇਸ ਲਈ ਕੀ ਰਿਹਾ ਦੋ ਪੱਧਰ ਤੋਂ ਕੀ ਰਿਹਾ ਕੀ ਰਹਿ ਗਿਆ ਇਸੇ ਗੱਲ ਦੀ ਬੇਬਸੀ ਚੋਂ ਕੁਲਤਾਰ ਸਿੰਘ ਸਨਮਾ ਸਪੀਕਰ ਨੇ ਗੱਲ ਕਹੀ ਹੈ ਕੀ ਇਹ ਜ਼ਿੰਮੇਵਾਰੀ ਨਹੀਂ ਰੂਲੇਗਾ ਪਾਰਟੀ ਦੀ ਕੈਬਨਿਟ ਦੀ ਤੇ ਖਾਸ ਕਰਕੇ ਭਗਵੰਤ ਮਾਨ ਹੁਣਾਂ ਦੀ ਕਿ ਉਹ ਲੋਕਾਂ ਨੂੰ ਇਸ ਗੱਲ ਤੇ ਸੈਟੀਸਫਾਈ ਕਰਨ ਕਿ ਹੋ ਕੀ ਰਿਹਾ ਇਸ ਲਈ ਇਸ ਲਈ ਇੱਕ ਟਿਪ ਆਫ ਦਾ ਆਈਸ ਪਰ ਗਿਆ ਜੇ ਇਡੇ ਵੱਡੇ ਪੱਦਰ ਤੇ ਲੋਕ ਬੈਠੇ ਉਥੇ ਸਨਮਾਈ ਸਰਕਾਰ ਚ ਨਹੀਂ ਹੈ ਆਮ ਬੰਦੇ ਦਾ ਜੀਵਨ ਕਿਹੋ ਜਿਹਾ ਹੋਊਗਾ ਤੁਸੀ ਅੰਦਾਜ਼ਾ ਲਗਾਦੇ ਇਹ ਕਹਿੰਦੇ ਕਿ ਇੱਥੇ ਆ ਕੇ ਇਨਵੈਸਟਮੈਂਟ ਹੋਊਗੀ ਫਲਾਣਾ ਆ ਰਿਹਾ ਬੰਬੇ ਤੋਂ ਆ ਰਿਹਾ ਉਹਦੇ ਨਾਲ ਮੀਟਿੰਗ ਹੋਗੀ ਜਰਮਨ ਤੋਂ ਆ ਰਿਹਾ ਇੱਧਰ ਕਰ ਉਹ ਜਿਹੜੇ ਹੈਗੇ ਉਹ ਉਹੀ ਭਜੀਤ ਭੱਜੇ ਤੁਰੇ ਜਾਂਦੇ ਆ ਤੇ ਤੁਸੀਂ ਬਾਹਰੋਂ ਕਿਤਨਾ ਨਵੇਂ ਬੰਦੇ ਲਿਆਓਗੇ ਕੋਈ ਕਾਰੋਬਾਰੀ ਜਿੱਥੇ ਫਰੋਤੀਆਂ ਲਾ ਇੰਨਾ ਜ਼ੋਰ ਹੋਵੇ ਜਾਂ ਜਿੱਥੇ ਪਤਾ ਹੀ ਨਹੀਂ ਕਿ ਕੱਲ ਨੂੰ ਕਿਸੇ ਨੂੰ ਕੀ ਆਰਡਰ ਕਿੱਥੋਂ ਕੀ ਆ ਜਾਣਾ ਔਰ ਜਿੱਥੇ ਪੁਲਿਸ ਸ਼ਰੀਆ ਮੇਂ ਨਾਲ ਗਲੀ ਉਹ ਵੱਡੇ ਵੱਡੇ ਗੈਂਗਸਟਰਾਂ ਦੇ ਔਰ ਉਹਨਾਂ ਦੀਆਂ ਵੀਡੀਓ ਬਣਾ ਕੇ ਇੰਟਰਵਿਊ ਕਰਾ ਰਹੇ ਹੋਵੇ ਆਪਣੇ ਫੋਨ ਤੇ ਪੁਲਿਸ ਦੇ ਬੰਦੇ ਗੈਂਗਸਟਰਾਂ ਨੂੰ মিডিਆ ਨੂੰ ਇੰਟਰਵਿਊ ਕਰਾ ਰਹੇ ਆ ਔਰ ਉਹਦੇ ਤੇ ਡੀਜੀਪੀ ਚੋਪਿਆ ਕਿਉਂ ਨਹੀਂ ਅਸੈਂਬਲੀ ਦੇ ਵਿੱਚ ਦੱਸਦੇ ਜਾ ਕੇ ਵੀ ਉਹ ਕਿੰਨੇ ਕਰਾਈ ਕੀ ਹੋਈ ਕਿਵੇਂ ਹੋਈ ਕੋਈ ਨਹੀਂ ਬੋਲਦਾ ਇਹਦਾ ਮਤਲਬ ਕਿ ਚੀ ਮੰਤਰੀ ਨਾਲੋਂ ਪੰਜਾਬ ਸਰਕਾਰ ਨਾਲੋਂ ਗੈਂਗਸਟਰ ਜਿਆਦਾ ਤਕੜੇ ਹੋ ਚੁੱਕੇ ਆ ਉਹ ਕੁਝ ਵੀ ਕਰ ਸਕਦੇ ਉਹਨਾਂ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਇਹ ਪ੍ਰਸਥਿਤੀ ਕੀ ਹੈ ਮੈਨੂੰ ਤੇ ਇੰਜ ਲੱਗ ਰਿਹਾ ਮੈਨੂੰ ਬੜਾ ਸੱਚੀ ਮਿੱਚੀ ਪਹਿਲੇ ਦਿਨ ਇੰਜ ਲੱਗਾ ਕਿ ਹੌਲੀ ਹੌਲੀ ਹਾਲਾਤ ਜਿਹੋ ਜੇ ਖੜਕੂ ਬਾਦ ਵੇਲੇ ਸੀਗੇ ਟਹਿ ਦੇ 5 ਵਜੇ ਬੱਸਾਂ ਬੰਦ ਘਰੋ ਕਰੀ ਸਵੇਰੇ ਜਾਂਦਾ ਸੀ ਬੰਦਾ ਬਾਹਰ ਕੰਮ ਕਰਨ ਲਈ ਤੇ ਘਰੋ ਸਾਸਰੀ ਕਾਲ ਬੁਲਾ ਕੇ ਜਾਂਦਾ ਸੀ ਪਤਾ ਨਹੀਂ ਸ਼ਾਮ ਨੂੰ ਮੁੜ ਕੇ ਆਉਣਾ ਕਿ ਨਹੀਂ ਆਉਣਾ ਇਹ ਹਾਲਾਤ ਉਹੋ ਜੇ ਹਾਲਾਤ ਬਣਦੇ ਜਾ ਰਹੇ ਆ ਇਹਦੇ ਤੋਂ ਨਿਕਲਣਾ ਕਿਵੇਂ ਆ ਬਹੁਤ ਔਖਾ ਮੈਂ ਦੱਸਦਾ ਕਿਉਂ ਔਖਾ ਇੱਕ ਅਸੀਂ ਬਾਰਡਰ ਸਟੇਟ ਆ ਦੂਜਾ ਨਸ਼ੇ ਦਾ ਨਸ਼ੇ ਦਾ ਨੈਟਵਰਕ ਬਹੁਤ ਜ਼ਿਆਦਾ ਫੈਲ ਚੁੱਕਾ ਆ ਨਸ਼ਾ ਆਪਣੇ ਪੈਰ ਬਹੁਤ ਪਸਾਰ ਚੁੱਕਾ ਔਰ ਉਹਦੇ ਵਿੱਚ ਜਿਸ ਤਰ੍ਹਾਂ ਖੁਦ ਹੀ ਰੂਲਿੰਗ ਐਮਐਲਏ ਮਿਨਿਸਟਰ ਸਾਹਿਬਾਨ ਸਮਝਦੇ ਆ ਕਿ ਮਿਲੀ ਭੁਗਤਿਆ ਜਿਹੜੀਆਂ ਕਾਲੀਆਂ ਪੇਡਾਂ ਪੋਲਿਟੀਕਲ ਲੋਕਾਂ ਦੀ ਉਹ ਕਿਹੜੇ-ਕਿਹੜੇ ਆ ਹੁਣ ਇਹ ਆਪ ਹੀ ਦੱਸਣ ਕਿ ਕਿਹੜੇ-ਕਿਹੜੇ ਲੱਭ ਕੇ ਔਰ ਉਹਨਾਂ ਦੀ ਪੈਟਰੋਨੇਜ ਤੇ ਪੁਲਿਸ ਤੇ ਗੈਂਗਸਟਰ ਜਿਹੜੇ ਆ ਉਹ ਪੰਜਾਬ ਦੀ ਸੱਤਾ ਤੇ ਕਬਜ਼ਾ ਕਰੀ ਬੈਠੇ ਆ ਉਹਨਾਂ ਤੋਂ ਜਦ ਤੱਕ ਤੁਸੀਂ ਛਡਾਉਂਦੇ ਨਹੀਂ ਤੇ ਨਸ਼ਾ ਤੋਂ ਮੁਕਤੀ ਹੋ ਨਹੀਂ ਸਕਦੀ ਨਸ਼ੇ ਤੋਂ ਜੇ ਮੁਕਤੀ ਹੁੰਦੀ ਨਹੀਂ ਤਾਂ ਇੱਥੇ ਕਦੀ ਵੀ ਸ਼ਾਂਤੀ ਤੇ ਲਾਅ ਐਂਡ ਆਰਡਰ ਕੰਟਰੋਲ 'ਚ ਰਹਿ ਹੀ ਨਹੀਂ ਸਕਦਾ ਕਿਉਂਕਿ ਛੋਟੇ-ਮੋਟੇ ਕ੍ਰਾਈਮ ਜਿਹੜੇ ਆ ਇੱਕ ਇੱਕਾ ਦੁਕਾਣ ਨੂੰ ਮਾਰਤਾ ਉਹਦੀਆਂ ਵਾਲੀਆਂ ਲਾ ਲੀਆਂ ਉਹਦਾ ਮੋਟਰਸਾਈਕਲ ਚੁੱਕ ਲਿਆ ਉਹਦਾ ਆਹ ਕਰ ਲਿਆ ਇਹ ਤੇ ਲਗਾਤਾਰ ਚੱਲੀ ਜਾਣਾ ਕਿਉਂਕਿ ਉਹ ਤੇ ਨਸ਼ੇੜੀ ਵੀ ਕਰੇ ਜਾਂਦੇ ਆ ਜਦੋਂ ਉਹਨਾਂ ਦਾ ਨਸ਼ਾ ਟੁੱਟਦਾ ਇਸ ਲਈ ਇਹ ਡਿਫਰੈਂਟ ਪਦਰਤੇ ਲਗ ਲਗ ਕਿਸਮ ਦੇ ਜਿਹੜੇ ਆ ਕ੍ਰਾਈਮ ਰੇਟ ਬਹੁਤ ਵੱਧਦਾ ਜਾ ਰਿਹਾ ਇਸ ਤੋਂ ਕਿਵੇਂ ਛੁਟਕਾਰਾ ਪਾਉਣਾ ਉਹ ਇੱਕ ਆਪਣੇ ਆਪ ਚ ਸਰਕਾਰ ਲਈ ਵੱਡੀ ਚੁਣੌਤੀ ਆ ਵਿਕਾਸ ਦੀਆਂ ਗੱਲਾਂ ਤੇ ਦੂਰ ਦੀਆਂ ਰਹਿ ਗਈਆਂ ਅੱਛਾ ਜਿਹੜਾ ਐਨਓਸੀ ਵਾਲਾ ਮਾਮਲਾ ਹੈ ਕਿ ਸਰਕਾਰ ਤੇ ਆਪਣੀ ਪਿੱਠ ਥਾਪੜ ਰਹੀ ਹੈ ਪਲਾਟ ਜਿਹੜੇ ਲੀਗਲ ਹੋ ਜਣੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਤੇ ਕਲੋਨੀਆਂ ਜਿਹੜੀਆਂ ਉਹ ਇਲੀਗਲ ਹੋ ਜਾਣੀਆਂ ਸੁਗਵਿੰਦਰ ਦਿੱਲੀ ਚ ਵੀ ਤੁਸੀਂ ਇਹ ਦੇਖ ਲਓ ਕਿ ਕੇਜਰੀਵਾਰਡ ਹੁਣਾਂ ਨੇ ਕਿੰਨੀਆਂ ਕਲੌਨੀਆਂ ਜਿਹੜੀਆਂ ਇਹ ਇੱਕ ਪੋਲੀਟਿਕਲ ਹਥਿਆਰ ਬਣ ਗਿਆ ਕਿਉਂ ਨਹੀਂ ਕੋਈ ਅਰਬਨ ਪਲੈਨਿੰਗ ਕਰਦੇ ਸਿਸਟੇਮੈਟਿਕਲੀ ਵੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਚੰਗੇ ਤੇ ਸਸਤੇ ਘਰ ਬਣਾ ਕੇ ਦਿੰਦਾ ਸੀ ਉਹਦੇ ਚ ਕਿਸਾਨ ਵੀ ਠੀਕ ਠਾਕ ਰਹਿੰਦੇ ਸੀਗੇ ਤੇ ਲੋਕ ਵੀ ਬਹੁਤ ਜਿਹੜਾ ਘਰ ਮਾਰਕੀਟ ਚ 50 ਲੱਖ ਦਾ ਮਿਲਦਾ ਸੀ ਉਹ 7-8 ਲੱਖ ਦਾ ਫੜਾ ਦਿੰਦੇ ਸੀ ਬਣਾ ਕੇ ਜਾਇ ਇਹ ਦੋ ਵਿਸਥਾਤਾ ਕਈ ਵਾਰੀ ਖਰਚਾ ਵੀ ਉਹਨਾਂ ਕੀ ਆਉਂਦਾ ਸੀ ਲੋਕ ਵੀ ਖੋਚ ਸੀ ਸਾਰਿਆਂ ਨੂੰ ਨਹੀਂ ਸੀ ਦਿੰਦੇ ਪਰਚੀਆਂ ਇਹ ਕੰਮ ਸਾਡਾ ਡੁੱਡਾ ਹੋਏ ਜਾਂ ਕੋਈ ਵੱਡੀਆਂ ਜਿਹੜੀਆਂ ਵੀ ਹਾਊਸਿੰਗ ਬੋਰਡ ਕੋਈ ਵੱਡੀ ਹੋਰ ਕੋਈ ਸੰਸਥਾਨ ਬਣਾ ਲੈਣ ਉਹ ਕਿਉਂ ਨਹੀਂ ਗਰੀਬਾਂ ਲਈ ਜਿਹੜੇ ਆ ਸਸਤੇ ਘਰ ਜਿਹੋ ਜੇ ਜਿੰਨੀ ਜਿੱਥੇ ਜਿੰਨੀ ਲੋੜ ਹੈ ਪੇਮੈਂਟ ਕਰ ਸਕਦਾ ਜੋ ਵੀ ਕਰ ਸਕਦਾ ਉਸ ਕਿਸਮ ਦਾ ਕਰ ਦੇ ਇਹ ਸਰਕਾਰ ਖੁਦ ਕਰੇ ਜੇ ਨਹੀਂ ਕਰਨਿਆ ਤੇ ਰੈਗੂਲੇਟ ਹੀ ਚੱਜ ਨਾਲ ਕਰੇ ਕਿਉਂ ਇਹਨਾਂ ਦੀਆਂ ਅੱਖਾਂ ਸਾਹਮਣੇ ਜਿਹੜੀਆਂ ਦੋ ਨੰਬਰੀ ਕੰਮ ਸਾਰੇ ਹੋ ਜਾਂਦੇ ਆ ਜਦੋਂ ਕਰਕੇ ਲੈ ਜਾਂਦੇ ਆ ਫਿਰ ਇਹ ਰਾਜਨੀਤੀ ਲੋਕ ਫਸ ਜਾਂਦੇ ਆ ਤੁਹਾਨੂੰ ਪਤਾ ਜਗ੍ਹਾ ਜਗ੍ਹਾ ਜਿਹੜੀਆਂ ਗੈਰ ਕਾਨੂੰਨੀ ਆ ਉਹ ਕਹਿੰਦੇ ਸਾਡਾ ਪੈਸਾ ਡੁੱਬ ਗਿਆ ساری ਉਮਰ ਦੀ ਕਮਾਈ ਲਾਈ ਹੁੰਦੀ ਆ ਕਿਸੇ ਦਾ 5 ਲੱਖ ਕੇ ਦਾ 10 ਲੱਖ ਕੇ ਦਾ 20 ਲੱਖ ਕੇ ਦਾ 50 ਲੱਖ ਉਹ ਕਮਾਈ ਤੇ ਉਹ ਲਾਉਣਾ ਕਿ ਇਹਨੇ ساری ਉਮਰ ਦਾ ਸੁਪਨਾ ਹੁੰਦਾ ਮੇਰੇ ਸਿਰ ਦੇ ਉੱਤੇ ਛੱਤ ਹੋ ਜੇ ਉਸ ਦਾ ਜਦੋਂ ਫਸ ਜਾਂਦੇ ਆ ਫਿਰ ਇੱਟ ਦੇ ਪੇਟ ਦੇ ਇਹ ਹੁਣ ਰਾਜਨੀਤਿਕ ਲਾਹਾ ਲੈਣ ਲਈ ਆ ਤੁਸੀਂ ਗੱਲ ਇਹ ਕਿ ਗਾਂ ਲਈ ਕਿਉਂ ਨਹੀਂ ਕੋਈ ਸੁਧਾਰ ਕਰਦੇ ਉਹ ਪਾਲਿਸੀ ਲੈ ਕੇ ਆਓ ਉਹ ਜ਼ਰੂਰੀ ਹੈ ਉਸ ਵਿਧਾਨ ਸਭਾ ਚ ਹੀ ਮਿਲਣੀ ਆ ਹੋਰ ਤੇ ਕਿਤੇ ਹੋਣੀ ਨਹੀਂ ਦੂਸਰਾ ਇੰਡੀਵਿਜੂਅਲ ਐਨੋਸੀ ਨੂੰ ਕੀ ਕਰੋਗੇ ਬਾਜਵਾ ਸਾਹਿਬ ਦੀ ਮੈਨੂੰ ਗੱਲ ਠੀਕ ਲੱਗੀ ਐ ਤੇ ਨਹੀਂ ਹੋ ਸਕਦਾ ਕਿ ਕਲੋਨੀ ਸਾਰੀ ਇਲੈਗਲ ਆ ਤੇ ਵਿੱਚ 플ਾਟ ਜਿਹੜੇ ਹੋ ਇਲੈਗਲ ਆ ਤੇ ਬਾਕੀ ਜਿਹੜਾ ਸਾਰਾ ਕੰਮ ਹੈ ਉਥੇ ਬਿਜਲੀ ਦਾ ਜਿਹੜੀਆਂ ਪਬਲਿਕ ਸਟਰੀਟ ਲਾਈਟ ਆ ਵਾਟਰ ਸਪਲਾਈ ਹੈ ਸੀਵਰੇਜ ਸਿਸਟਮ ਆ ਸੜਕਾਂ ਆ ਇਹ ਫਿਰ ਕਿਵੇਂ ਬਣੂਗਾ ਜੇ ਕਲੋਨੀ ਹੀ ਇਲੈਗਲ ਆ ਉਤੇ ਮਿਊਨਿਸਪਲ ਕਾਰਪੋਰੇਸ਼ਨ ਹੋਏ ਜਾਂ ਕਾਉਂਸਲ ਹੋਏ ਉਹ ਤੇ ਬਿਲਕੁਲ ਨਹੀਂ ਪੈਸਾ ਲਵਣਗੇ ਇਸ ਲਈ ਇਹ ਜੇ ਕੰਮ ਕਰਨਾ ਨਾ ਪਹਿਲੀਆਂ ਗਲਤੀਆਂ ਦੇ ਨੂੰ ਠੀਕ ਕਰੋ ਜਿਹੜੀਆਂ ਹੋਈਆਂ ਗਾਂ ਤੋਂ ਉਹਨਾਂ ਨੂੰ ਰੋਕੋ ਤੇ ਉਹਨਾਂ ਦਾ ਲੋਕਾਂ ਨੇ ਲੋਕੀ ਕੋ ਤਾਂ ਇਹ ਤੋਂ ਕੋਈ ਮੁਫਤ ਖੋਰੇ ਥੋੜੀ ਐ ਕਿ ਪੈਸਾ ਦੇ ਕੇ ਚੀਜ਼ ਮੰਗਦੇ ਤੁਸੀਂ ਉਹਦਾ ਵੀ ਲੁੱਟੀ ਤੋੜੇ ਜਾਂਦੇ ਹੱਦ ਹੋ ਗਈ ਅੱਜ ਵੀ ਪੈਲਟਾ ਵਾਲਾ ਸਾਰਾ ਹੋ ਗਿਆ ਸੀ ਕਿ ਕਿੱਡਾ ਵੱਡਾ ਹੈ 45 ਹਜ਼ਾਰ ਕਰੋੜ ਦਾ ਤੁਹਾਡੇ ਸਾਹਮਣੇ ਅੱਖਾਂ ਦੇ ਹੋਇਆ ਕਿਹੜੀਆਂ ਸਰਕਾਰਾਂ ਨੇ ਕਰਵਾਇਆ ਹੀ ਹੋਊਗਾ ਵਿੱਚ ਹੀ ਛਾਪਤੀ ਹੋਊਗੀ ਕਾਹੀ ਅਗਲੇ ਦੀ ਇੰਨੀ ਜਰੂਰਤ ਪਈ ਕਿ ਇੰਨਾ ਪੈਸਾ ਹੋ ਗਿਆ ਇਸ ਲਈ ਇਹ ਜਿਹੜੇ ਕੰਮ ਆ ਨਾ ਇਹ ਰਲ ਮਿਲ ਕੇ ਹੁੰਦੇ ਆ ਅੱਖਾਂ ਦੇ ਸਾਹਮਣੇ ਹੁੰਦੇ ਆ ਤੁਸੀਂ ਵੀ ਜਾਣਦੇ ਆ ਪਰ ਜੇ ਉਸ ਸਿਸਟਮ ਦਾ ਕੋਈ ਹੱਲ ਕਰਨ ਨਾ ਕਿ ਵੋਟਾਂ ਦੀ ਖਾਤਰ ਆ ਤੇਰਾ ਪਲਾਟ ਠੀਕ ਹੈ ਉਹ ਫਿਰ ਚੰਗਾ 10 ਵੋਟਾਂ ਪਵਾ ਦੇ ਫਿਰ ਤੇਰਾ ਪਲਾਟ ਤੇਨੂੰ ਵੀ ਐਨਓਸੀ ਦੀ ਲੋੜ ਨਹੀਂ ਤੇ ਉੱਥੇ ਸਹੂਲਤ ਕੋਈ ਹੋਵੇ ਨਾਲ ਪਾਣੀ ਆਏ ਤੇ ਸਾਰੇ ਡੁੱਬਦੇ ਫਿਰ ਟੜਦੇ ਫਿਰ ਇਹ ਕੰਮ ਨਹੀਂ ਹੋਣਾ ਚਾਹੀਦਾ ਤੁਸੀਂ ਪੂਰੀ ਕਲੋਨੀ ਨੂੰ ਓਨ ਕਰਕੇ ਤੇ ਉਹਨੂੰ ਸਾਰਿਆਂ ਨੂੰ ਡਿਵੈਲਪ ਕਰੋ ਤਾਂ ਕਿ ਸਾਰੇ ਹੀ ਤੁਹਾਨੂੰ ਵੋਟਾਂ ਪਾਉਣ ਤਾਂ ਹੀ ਤਾਂ ਹੀ ਇਹ ਚੰਗਾ ਰਹੂਗਾ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਤੇ ਇਹੋ ਜੀ ਗੁਹਾਰ ਲਾਈ ਸੀਗੀ ਪਰ ਉਹ ਮੁੜ ਕੇ ਗੱਲ ਕਿਤੇ ਸਿਰੇ ਪੱਤਣ ਲੱਗੀ ਨਹੀਂ ਅਗਲੀ ਗੱਲ ਕਿ ਉਹ ਜਿਹੜਾ ਚੰਡੀਗੜ੍ਹ ਦੇ ਉੱਤੇ ਦਾਅਵੇ ਦੀ ਗੱਲ ਕਿ ਪੰਜਾਬ ਆਪਣਾ ਦਾਵਾ ਕਮਜ਼ੋਰ ਕਿਉਂ ਕਰਦਾ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਲੱਗੀ ਹੈ ਹੋਰ ਇਸ ਤੋਂ ਬਾਅਦ ਸਰਕਾਰ ਨੂੰ ਕੀ ਚਾਹੀਦਾ ਹੈ ਕਿ ਡੈਪੂਟੇਸ਼ਨ ਦੇ ਉੱਤੇ ਬੰਦੇ ਕਿਉਂ ਨਹੀਂ ਭੇਜੇ ਜਾਂਦੇ ਜਾਂ ਬੰਦੇ ਉੱਤੇ ਰਹਿਣ ਨੂੰ ਤਿਆਰ ਕਿਉਂ ਨਹੀਂ ਜਦੋਂ ਮੁੱਖ ਮੰਤਰੀ ਦਾ ਉੱਥੇ ਕੋਠੀਆਂ ਨੇ ਕੈਬਨਿਟ ਦੀਆਂ ਕੋਠੀਆਂ ਨੇ ਐਮ.ਐਲ.ਏ. ਤੱਕ ਦੇ ਹੋਸਟਲ ਨੇ ਤਾਂ ਫਿਰ ਇਸ ਪਾਸੇ ਉਹ ਕਮਜ਼ੋਰੀ ਮਤਲਬ ਕਿ ਜਿੱਥੇ ਵੀ 60 40 ਦੀ ਰੇਸ਼ੀਓ ਦੀ ਕਮਜ਼ੋਰੀ ਆਉਂਦੀ ਹੈ ਤਾਂ ਪੰਜਾਬ ਸਰਕਾਰ ਕੋਈ ਵੀ ਸੱਤਾ ਦੇ ਵਿੱਚ ਆਈ ਹੈ ਉਹ ਕਿਉਂ ਨਹੀਂ ਚੰਡੀਗੜ੍ਹ ਤੇ ਆਪਣਾ ਹੱਕ ਉਸ ਤੰਗਣਾ ਜਿਤਾਉਂਦੀ ਦੇਖੋ ਇਹ ਸ਼ੁਰੂ ਚ ਫੈਸਲਾ ਹੋਇਆ ਸੀ ਇਹ ਫੈਸਲਾ ਟੈਂਪਰੇਰੀ ਅਰੇਂਜਮੈਂਟ ਸੀ ਕਿਉਂਕਿ ਪੰਜਾਬ ਇਕੱਠਾ ਸੀ ਤੇ ਇੱਕੋ ਰਾਜਧਾਨੀ ਸੀ ਇੱਕੋ ਹਾਈ ਕੋਰਟ ਸੀ ਸਾਰਾ ਕੁਝ ਅਸੈਂਬਲੀ ਇੱਕੋ ਸੀ ਤੇ ਉਹਨਾਂ ਨੇ ਕਿਹਾ ਯਾਰੇ ਚਾਣ ਕਿ ਕਿੱਥੋਂ ਅਗਲੇ ਦੀ ਬਣ ਜੂਗੀ ਤੇ ਕੁਝ ਸਾਲ ਇਹਨਾਂ ਨੂੰ ਦੇ ਦਿਓ ਤੇ ਜਦ ਤੱਕ ਨਹੀਂ ਹੁੰਦਾ ਕਿ ਜਿਹੜੀ ਰਿਕਰੂਟਮੈਂਟ ਹੋਊਗੀ ਪੰਜਾਬ ਦੇ EMPLOYEES 60% ਤੇ ਹਰਿਆਣੇ ਦੇ 40% ਕਿਉਂਕਿ ਹਰਿਆਣੇ ਦੀ ਪਾਪੂਲੇਸ਼ਨ ਵੀ ਘੱਟ ਸੀਗੀ ਹੁਣ ਇਹਨਾਂ ਨੇ ਕੀ ਕੀਤਾ ਕਿ ਆਪਣਾ ਕਾਡਰ ਬਣਾ ਲਿਆ ਜਿਹੜੀਆਂ ਸੀਨੀਅਰ ਪੋਜੀਸ਼ਨ ਆ ਔਰ ਉਹ ਇੰਟਰ ਯੂਨੀਅਨ ਟੈਰੀਟਰੀ ਟ੍ਰਾਂਸਫਰੇਬਲ ਬਣਾ ਲਿਆ ਇਹ ਕਾਡਰ ਹੀ ਨਵਾਂ ਕ੍ਰੀਏਟ ਕਰਤਾ ਉਹ ਕਹਿੰਦੇ ਨਾ ਹਰਿਆਣੇ ਤੋਂ ਨਾ ਪੰਜਾਬ ਜਿਹੜੇ ਖਾਲੀ ਹੁੰਦੀਆਂ ਪੋਸਟਾਂ ਪੰਜਾਬ ਨੇ ਕਦੀ ਧਿਆਨ ਹੀ ਨਹੀਂ ਦਿੱਤਾ ਪੁਰਾਣੇ ਪੰਜਾਬ ਵਾਲੀਆਂ ਸਰਕਾਰਾਂ ਨੇ ਕਿ ਸਾਨੂੰ ਇੱਥੇ ਆਪਣੇ ਬੰਦੇ ਵੇਲੇ ਸਿਰ ਭੇਜਣੇ ਚਾਹੀਦੇ ਆ ਇੱਕ ਤੇ ਉਹਨਾਂ ਦੀ ਇਨਗੈਲੀ ਕਰਕੇ ਨਹੀਂ ਹੋ ਸਕਿਆ ਇੱਥੇ ਦੂਸਰਾ ਸਰਕਾਰ ਨੇ ਵੀ ਕਿਹਾ ਕਿ ਜਦੋਂ ਇਹ ਯੂਨੀਅਨ ਟੈਰੀਟਰੀ ਆ ਤੇ ਪੈਸਾ ਅਸੀਂ ਖਰਚ ਕਰਦੇ ਆ ਇਹਦਾ ਵਿਕਾਸ ਤੇ ਫਿਰ ਕੰਟਰੋਲ ਤੇ ਬੰਦੇ ਵੀ ਸਾਡੇ ਹੋਣੇ ਚਾਹੀਦੇ ਆ ਅਸੀਂ ਇਹਦੀ ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਾਂਗੇ ਇਹ ਸਾਰਾ ਕੁਝ ਹੈਗਾ ਜਿੰਨਾ ਮਰਜ਼ੀ ਆਪਾਂ ਰੌਲਾ ਪਾਈ ਜਾਈਏ ਹਾਲੇ ਹੀ ਆ ਜੇ ਬਾਸ ਨੂੰ ਹੱਥ ਪਾਉਣਾ ਪੈਣਾ ਤਾਂ ਆ ਹੀ ਬੰਸਰੀ ਕੋਲ ਆਉਣੀ ਆ ਤੇ ਜੇ ਜੇ ਕਹੋਗੇ ਨੇ ਸਿੱਧੀ ਬੰਸਰੀ ਦੀ ਆਵਾਜ਼ ਕੱਢਣੀ ਆ ਤੇ ਬਾਸ ਹੰਨਾ ਕੋਲ ਆ ਫਿਰ ਉਹੋ ਹੀ ਆਵਾਜ਼ ਕੱਢਣਗੇ ਤੁਹਾਡੀ ਆਵਾਜ਼ ਨਹੀਂ ਵਿੱਚ ਨਿਕਲ ਦੇਣਗੇ ਚਾਹੀਦਾ ਇਹ ਆ ਕਿ ਤੁਸੀਂ ਇਹ ਗੱਲ ਕਹੋ ਕਿ ਸਾਡੇ ਹਰਿਆਣੇ ਵਾਲੇ ਵੀਰਾਂ ਨੂੰ ਪੈਸਾ ਉਹ 10-20 ਹਜ਼ਾਰ ਕਰੋੜ ਰੁਪਈਆ ਜਿੰਨਾ ਮੰਗਦੇ ਆ ਦੇ ਦਿਓ ਅੱਗੇ ਵੀ ਕਈ ਵਾਰੀ ਗੱਲ ਕਰਦੇ ਆ ਤੇ ਚਿੱਡੀਗੜ ਦਾ ਕਲੇਮ ਜਿਹੜਾ ਸਾਡਾ ਬਣਦਾ ਹੀ ਹੈ ਕਿਉਂਕਿ ਪਿੰਡ ਪੰਜਾਬ ਦੇ ਉਜਾੜ ਕੇ 22 ਚੋਂ ਵੀ ਪਿੰਡ ਇੱਥੋਂ ਉਜਾੜ ਕੇ ਬਣਾਇਆ ਪੰਜਾਬੀ ਬੋਲਦੇ ਏਰੀਏ ਸੀਗੇ ਸਾਰੇ ਤੇ ਇਸ ਕਰਕੇ ਇਹਨੂੰ ਪੰਜਾਬ ਨੂੰ ਦਿੱਤਾ ਜਾਏ ਇਹ ਗੱਲ ਜਿਹੜੀ ਮਸਲੇ ਦਾ ਹੱਲ ਹੈਗੀ ਆ ਉਸ ਪਾਸੇ ਨੂੰ ਜੇ ਪੋਲੀਟੀਕਲ ਬੰਦੇ ਸਾਡੀਆਂ ਪਾਰਟੀਆਂ ਸਰਕਾਰਾਂ ਚੱਲਣਗੀਆਂ ਤਾਂ ਮੇਰਾ ਖਿਆਲ ਇਹਦਾ ਹਾਲ ਹੋਊਗਾ ਨਹੀਂ ਤੇ ਜਿਸ ਤਰ੍ਹਾਂ 60 40 ਦੀ ਰੇਸ਼ੋ ਅੱਜ ਹੈ ਨਹੀਂ ਬਿਲਕੁਲ ਹੀ ਨਹੀਂ ਹੈ ਜੋ ਅੱਜ ਦੀ ਖਬਰ ਆਈ ਹੈ ਸਾਹਮਣੇ ਉਹਦੇ ਚਤੇ ਜ਼ਿਆਦਾਤਰ ਹੜਿਆਣੇ ਦੇ ਤਾਂ ਯੂਟੀ ਕਾਰਟਰ ਦੇ ਜਿਹੜਾ ਉਹਨਾਂ ਨੇ ਆਪਣਾ ਬਣਾ ਲਿਆ ਪੰਜਾਬ ਦੇ ਬਹੁਤ ਹੀ ਆਟੇ ਚ ਲੂਣ ਬਰਾਬਰ ਰਹਿ ਗਏ ਆ ਤੇ ਫਿਰ ਪੰਜਾਬੀ ਕਿੱਥੋਂ ਰਹਿਣੀ ਆ ਸਾਡੇ ਬਥੇਰੇ ਐਸੀ ਬਜਾਰੇ ਕਰਦੇ ਆ ਹੋਰ ਵੀ ਬੰਦੇ ਕਰਦੇ ਰਹਿੰਦੇ ਆ ਭਾਈ ਪੰਜਾਬੀ ਬਚਾਓ ਪੰਜਾਬੀ ਲਾਗੂ ਕਰੋ ਪੰਜਾਬੀ ਲਾਗੂ ਤਾਂ ਹੀ ਹੋਊਗੀ ਜੇ ਪੰਜਾਬੀ ਬੋਲਣ ਵਾਲੇ ਬੰਦੇ ਹੋਣਗੇ ਤੇ ਇੱਥੇ ਤੇ ਜੇ ਬੰਦੇ ਹੀ ਨਾ ਛੱਡੇ ਫਿਰ ਉਹਨਾਂ ਨੇ ਕਹਣਾ ਜੀ ਇੱਥੇ ਤੇ ਹਿੰਦੀ ਸਮਝਦੇ ਅੰਗਰੇਜ਼ੀ ਸਮਝਦੇ ਆ ਪੰਜਾਬੀ ਤੁਸੀਂ ਫੇਰ ਕੇ ਗੱਲ ਕਰਾਂਗੇ ਉਹ ਉਹ ਗੱਲ ਹਾਲਤ ਬਣੀ ਆ ਪੰਜਾਬੀ ਤਾਂ ਹੀ ਇੱਥੇ ਲਾਗੂ ਹੋਊਗੀ ਪੰਜਾਬੀ ਤਾਂ ਹੀ ਬਚੂਗੀ ਜੇ ਪੰਜਾਬੀਆਂ ਦਾ ਕੰਟਰੋਲ ਹੋਊਗਾ ਜੋਰਾਵੰਦ ਦਾ ਰਾਜ ਹੈ ਨਾ ਕਿ ਰਿਪੋਰਟਾਂ ਜਿਹੜੀਆਂ ਚੰਡੀਗੜ੍ਹ ਦੇ ਇਰਦੇ ਕਿਰ ਦਾ ਹਜ਼ਾਰਾਂ ਕਰੋੜ ਦੀ ਜ਼ਮੀਨ ਤੇ ਕਬਜ਼ੇ ਦੀਆਂ ਵੱਡੇ ਵੱਡੇ ਅਫਸਰ ਚਾਹੀ ਜਾਂ ਪੋਲੀਟਿਕਲ ਉਹ ਸਾਰਾ ਨੈਕਸਸ ਉੱਥੇ ਕੰਮ ਕਰ ਰਿਹਾ ਇਹ ਹੋਰ ਰਿਪੋਰਟ ਚੱਕਰ ਨੂੰ ਤਿਆਰ ਨਹੀਂ ਉਹ ਫਾਈਲ ਹਲੇ ਤੱਕ ਝਾੜੀ ਨਹੀਂ ਪਤਾ ਨਹੀਂ ਕਦੋਂ ਝਾੜਨਗੇ ਫੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਵਾਕਈ ਬਦਲਾ ਆਇਆ ਜ਼ਮੀਨਾਂ ਦੇ ਕਬਜ਼ੇ ਛਡਾਉਣ ਵਾਲਾ ਪਾਸਾ ਉਹ ਵੀ ਸ਼ਾਂਤ ਜਿਹਾ ਹੋ ਗਿਆ ਬਣਿਆ ਕਿ ਹੋਰ ਵੀ بڑے ਮਸਲੇ ਨੇ ਧਰਨਾ ਮੁਕਤ ਪੰਜਾਬ ਨਹੀਂ ਹੋ ਰਿਹਾ ਕਿਸਾਨ ਗਰੂਹਾਂ ਤੇ ਬੈਠੇ ਨੇ ਉਹ ਮਸਲੇ ਦਾ ਅੱਜ ਨਹੀਂ ਖੇਤੀਬਾੜੀ ਮੰਤਰੀ ਮੰਗ ਬੱਤ ਲੈ ਗਿਆ ਕਿ ਮੈਂ ਮੁੱਖ ਮੰਤਰੀ ਸਾਹਮਣੇ ਗੱਲ ਕਰਾਂਗਾ ਵਿਚਾਰ ਕਰਾਂਗਾ ਵਿਚਾਰ ਕੀ ਕਰਨਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਹੋਰ ਕੀ ਚਾਹੀਦਾ ਕਿ ਕਿਸਾਨ ਆ ਕੇ ਆਪ વિધાનસભા ਦੇ ਅੰਦਰ ਬੈਠ ਕੇ ਉੱਤੇ ਕਬਜ਼ਾ ਕਰਨ ਫਿਰ ਤੁਹਾਨੂੰ ਪਤਾ ਲੱਗੇਗਾ ਬਹੁਤ ਵੱਡੇ ਸਵਾਲ ਨੇ ਆਖਰੀ ਸਵਾਲ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅਗਲੇ ਸਮੇਂ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਜਾਂ ਕਹਿ ਲਓ ਕਿ ਉਹਦਾ ਅਮਰੀਕਾ ਦਾ ਉਹਨਾਂ ਦਾ ਗੀੜਾ ਉੱਤੇ ਕਾਫੀ ਰੌਲਾ ਰੱਪਾ ਚੱਲ ਰਿਹਾ ਡੋਨਲਡ ਟਰੰਪ ਨੂੰ ਲੈ ਕੇ ਕਮਲਾ ਹੈਰਿਸ ਦੂਜੇ ਪਾਸਿਓਂ ਆ ਪਰ ਟਰੰਪ ਸਾਹਿਬ ਦੇ ਇੱਕ ਟਵੀਟ ਨੇ ਬਹੁਤ ਵੱਡੀ ਚਰਚਾ ਛੇੜ ਦਿੱਤੀ ਹੈ ਕਿ ਇਹ ਮਾਨਸਿਕਤਾ ਕੀ ਕਹਿੰਦੀ ਹੈ ਜਦੋਂ ਕਹਿੰਦੇ ਨੇ ਕਿ ਕਮਲਾ ਹੈਰਿਸ ਜਿੱਤਗੀਗਾ ਤੁਹਾਡੇ ਜਿਹੜੇ ਗਵਾਂਢੀ ਨੇ ਉਹਨਾਂ ਨੇ ਇੱਕ ਫੋਟੋ ਪੋਸਟ ਕੀਤੀ ਹੈ ਜਦੇ ਵਿੱਚ ਮੁਸਲਮਾਨ ਜਿਹੜੇ ਮਤਲਬ ਕਿ ਨਜ਼ਰ ਆਉਂਦੇ ਨੇ ਬੰਦੇ ਉਹ ਅਮਰੀਕਾ ਦਾ ਝੰਡਾ ਫੁਕੜਨ ਨੂੰ ਕਹਿੰਦੇ ਇਹ ਲੋਕ ਤੁਹਾਡੇ ਗਵਾਂਡੀ ਹੋਣਗੇ ਕਹਿਣ ਦੀ ਕੋਸ਼ਿਸ਼ ਕੀ ਕਰ ਰਹੇ ਨੇ ਜਾਂ ਇਹ ਕਿਹੜੀ ਕਿਾਸਤ ਦਾ ਹਿੱਸਾ ਹੈ ਮੋਦੀ ਸਾਹਿਬ ਵੀ ਉੱਥੇ ਜਾਣਗੇ ਦੇਖੋ ਇਹ ਨਾ ਉੱਥੇ ਦੇ ਅਮਰੀਕਾ ਦੀ ਅਮਰੀਕਨ ਲੋਕਾਂ ਦੀ ਅਕਲ ਦਾ ਇੱਕ ਇਮਤਿਹਾਨ ਹੈ ਇਹ ਹੁਣ ਦੇਖਣਾ ਹੋਊਗਾ ਕਿ ਕੀ ਉਹ ਵੀ ਇੰਡੀਆ ਵਾਂਗੂ ਪੋਲਰਾਈਜ਼ ਹੁੰਦੇ ਆ ਸਾਡੇ ਤੇ ਮੂੜਾ ਅੱਗੇ ਨਾਲੋਂ ਪਿਆ ਵੀ ਬਈਲਾ ਤੇ ਰਾਮ ਮੰਦਰ ਦੇ ਨਾਂ ਤੇ ਜਾਂ ਬਾਲਾ ਕੋਟ ਦੇ ਨਾਂ ਤੇ ਬਥੇਰੀਆਂ ਬੂਟਾਂ ਲੋਕਾਂ ਨੇ ਪਾਤੀਆਂ ਹੁਣ ਥੋੜਾ ਜਿਹਾ ਮੋੜਾ ਪਿਆ ਅ ਪਰ ਉੱਥੇ ਹੁਣ ਦੇਖੋ ਵਾਈਟ ਜਿਹੜੇ ਸੁਪਰੀਮਿਸਿਸ ਤੇ ਆ ਕਿ ਸਾਡੀ ਛਿੱਟੇ ਲੋਕਾਂ ਦਾ ਹੀ ਸਿਰਫ ਦੇਸ਼ ਹੈਗਾ ਬਾਕੀ ਸਾਰੇ ਸਾਡੇ ਭੀਖ ਮੰਗੇ ਆ ਜਾਂ ਉੱਥੋਂ ਦੇ ਦਲਿਤ ਆ ਸਾਰੇ ਜਾਂ ਰਿਸਿਸਟ ਮਾਈਂਡ ਜਿੰਨਾਂ ਦਾ ਹੈਗਾ ਉਹ ਸਾਰਾ ਉਹਨਾਂ ਦਾ ਇੱਕ ਇਮਤਿਹਾਨ ਹੈ ਸ਼ਰੀਆਮ ਓਪਨਲੀ ਇਹ ਅੱਗ ਲਾਉਣ ਵਾਲੀ ਗੱਲ ਹੈਗੀ ਆ ਕਦੇ ਦੱਗੇ ਵੀ ਛਿੜ ਸਕਦੇ ਇਹੋ ਜੇ ਤੁਸੀਂ ਕਿਸੇ ਧਰਮ ਦੇ ਬੰਦਿਆਂ ਨੂੰ ਇਕੱਠਿਆਂ ਕਰਕੇ ਉਹ ਵੀ ਉਹਦੇ ਪਤਾ ਨਹੀਂ 45 ਮਿਲੀਅਨ 4.5 ਕਰੋੜ ਲੋਕਾਂ ਨੇ ਉਹ ਇੰਨੀ ਦੂਰ ਤੱਕ ਪਹੁੰਚ ਚੁੱਕਾ ਹੈ 45 ਬਿਲੀਅਨ ਉਹੋ ਜਿਹੜੀ ਤੁਸੀਂ ਛੋਟੀ ਜੀ ਕਲਿੱਪ ਕਹਿੰਦੇ ਆ ਉਹਦੇ 'ਚ ਦਿਖਾਇਆ ਇਹ ਹੀ ਗਿਆ ਆ ਕਿ ਜੇ ਤੁਸੀਂ ਇਹ ਘੱਟ ਗਿਣਤੀਆਂ ਜਿਹੜੀਆਂ ਭਾਵੇਂ ਉਹ ਇੰਡੀਆ ਨੇ ਆ ਭਾਵੇਂ ਸ਼ਾਫਾਂ ਮਿਆਂ ਜਾਂ ਮੁਸਲਮਾਨਿਆਂ ਜਾਂ ਪੈਲੇਸਿਨੀਅਨ ਦੀ ਜਿਹੜੀ ਉਹ ਗੱਲ ਕਰਦੇ ਆ ਫਿਰ ਤੁਹਾਡਾ ਇਥੇ ਦੇਸ਼ ਤੇ ਇਹ ਬੰਦਾ ਇਹ ਦੱਸੇ ਕਿ ਇਹਨੇ ਕੀ ਕੀਤਾ ਸੀ ਜਦੋਂ ਹਾਰ ਗਿਆ ਸੀ ਸਭ ਤੋਂ ਪਹਿਲਾਂ ਬੇਕਰਤੂਪੀਆਂ ਟਰੰਪ ਨੇ ਕੀਤੀਆਂ ਉੱਥੇ ਜਾ ਕੇ ਕਿਹੋ ਜਿਹਾ ਪ੍ਰੋਟੈਸਟ ਕੀਤਾ ਉੱਥੇ ਦੰਗੇ ਕੀਤੇ ਹੁੜਦੰਗ ਕੀਤਾ ਸਾਰਾ ਕੁਝ ਜਾ ਕੇ ਵਾਈਟ ਹਾਊਸ ਤੇ ਇੱਕ ਇੱਕ ਰਾਸ਼ਟਰਪਤੀ ਵੱਲੋਂ ਇੱਕ ਵਧੀਆ ਢੰਗ ਦੇ ਨਾਲ ਪਾਸ ਆਨ ਕਰਨ ਦੀ ਸੇ ਪਾਵਰ ਨੂੰ ਪਾਸ ਆਨ ਕਰਨ ਦੀ ਜਗ੍ਹਾ ਤੁਸੀਂ ਇਹ ਇਲੈਕਸ਼ਨਾਂ ਦੇ ਰਿਜ਼ਲਟ ਨੂੰ ਵੀ ਚੈਲੰਜ ਕਰਦਾ ਲੋਕਾਂ ਨੂੰ ਪੜਕਾਉਂਦਾ ਇਸ ਲਈ ਜੇ ਦੋ ਇਹੋ ਜਿਹੇ ਬੰਦੇ ਕੋਈ ਪੋਲਿਟਿਕਸ 'ਚ ਆ ਜਾਣਗੇ ਤੇ ਮੈਨੂੰ ਤੇ ਇੰਜ ਲੱਗਦਾ ਕਿ ਜਿਵੇਂ ਉੱਥੇ ਵੀ ਜੋ ਭਾਰਤ ਦਾ ਸਾਡਾ ਮਾਹੌਲ ਆ ਉਹੋ ਜਿਹਾ ਮਾਹੌਲ ਉੱਥੇ ਲਗਾਤਾਰ ਵੱਤ ਤੋਂ ਵੱਤ ਪੈਦਾ ਕੀਤਾ ਜਾ ਰਿਹਾ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਸਾਨੂੰ ਤੇ ਲੋਕ ਕਹਿ ਦਿੰਦੇ ਆ ਕਿ ਇਹ ਜੀ ਅਜੱਡ ਲੋਕ ਆ ਜੀ ਪਛੜੇ ਲੋਕ ਆ ਜੀ ਅਨਪੜ੍ਹ ਲੋਕ ਆ ਜੀ ਇਹਨਾਂ ਨੂੰ ਅਜੇ ਵੈਸਟ ਦੀ ਅਕਲ ਦੀ ਲੋਰੀ ਲੱਗੀ ਤੇ ਉੱਥੇ ਦੇ ਸਾਰੀ ਅਕਲੀ ਇੰਨੀ ਆ ਕਿ ਅੱਖਾਂ ਚ ਹਨੇਰੀਆਂ ਇੰਨੀ ਲਾਈਟ ਆ ਵੈਸਟ ਦੀ ਤੇ ਜੇ ਉੱਥੇ ਆਵ ਜੀਆਂ ਬੇਕਰਤੂਤੀਆਂ ਹੋ ਜਾਂਦੀਆਂ ਆ ਤਾਂ ਸਮਝ ਲਓ ਕਿ ਲਾਈਟ ਕਿਤੇ ਨਹੀਂ ਚਾਰੇ ਪਾਸੇ ਹਨੇਰਾ ਹੋ ਸਕਦਾ ਵੈਸਟ ਵਿੱਚ ਇੰਡੀਆ ਨਾਲੋਂ ਵੀ ਜ਼ਿਆਦਾ ਹਨੇਰਾ ਹੋਵੇ ਇਹ ਹੈਗਾ ਬੜਾ ਉਹ ਅੱਗ ਲਾਊਗਾ ਕੱਲੀ ਅੱਗ ਲੱਗਦੀ ਨਹੀਂ ਦਿਖ ਰਹੀ ਪਹਿਲਾਂ ਤੇ ਦੇਖੋ ਨੈਸ਼ਨਲ ਫਲੈਗ ਨੂੰ ਅੱਗ ਲਾਉਣੀ ਫਿਰ ਉਹ ਮੁਸਲਮਾਨ ਦਿਖਾਉਣੇ ਫਿਰ ਇਹ ਕਹਿਣਾ ਕਿ ਇਹ ਦੂਜੀ ਪਾਰਟੀ ਕਰੂਗੀ ਜੇ ਬਚਾਉਣਾ ਤੇ ਤੁਸੀਂ ਮੈਨੂੰ ਲੈ ਕੇ ਆਓ ਇਹ ਗੱਲਾਂ ਸਿੱਧੀਆਂ ਸਿੱਧੀਆਂ ਜਾਨੀ ਇੰਨਾ ਤਿੱਖਾ ਕੰਮ ਤੇ ਮੇਰਾ ਖਿਆਲ ਹੈ ਮੋਦੀ ਜੀ ਨੇ ਵੀ ਕੋਸ਼ਿਸ਼ ਕੀਤੀ ਕਹਿ ਕੇ ਕਿ ਮੰਗਲ ਸੂਤਰ ਜਾਂ ਤੁਹਾਡੀਆਂ ਮੰਦਰਾਂ ਦੀਆਂ ਜ਼ਮੀਨਾਂ ਇਹ ਕਬਜ਼ਾ ਹੋ ਜੂ ਇਨਾਂ ਨੇ ਵੀ ਕੋਸ਼ਿਸ਼ ਕੀਤੀ ਉਹ ਬਿਲਕੁਲ ਟਰੰਪ ਉਸ ਤਰਜ਼ ਤੇ ਚੱਲ ਰਿਹਾ ਹੁਣ ਪਤਾ ਨਹੀਂ ਮੈਂ ਨਹੀਂ ਕੋਈ ਕਹਿੰਦਾ ਕਿ ਆਪਸ ਵਿੱਚ ਇਨਾਂ ਨੇ ਕੋਈ ਕਨੈਕਸ਼ਨ ਬਿਠਾਇਆ ਆ ਜਾਂ ਕਿਦਾਂ ਦੋਸਤ ਜ਼ਰੂਰ ਹੈਗੇ ਆ ਆਪਕੀ ਬਾਤ ਟਰੰਪ ਸਰਕਾਰ ਮੋਦੀ ਜੀ ਕਹਿ ਕੇ ਆਏ ਸੀਗੇ ਪਰ ਇਹੋ ਜੀ ਪੋਲਿਟਿਕਸ ਉਥੇ ਵੀ ਅਪਰੂਵ ਹੋ ਜੂਗੀ ਜਾਂ ਉਥੇ ਵੀ ਲੋਕ ਹੰਗਾਰਾ ਦੇਣਗੇ ਇਹ ਦੇਖਣ ਵਾਲੀ ਗੱਲ ਹੋਗੀ ਬੜੀ ਹੈਰਾਨੀ ਵਾਲੀ ਗੱਲ ਵੀ ਹੋਗੀ। ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਿਮਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।